ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਮੱਕੇ ਦੀ ਉਦਾਸੀ ਤੋਂ ਬਾਅਦ ਇਹਦੇ ਵਿੱਚ ਮਹਾਰਾਜ ਜੀ ਦੇ ਕੁਝ ਹੋਰ ਵੀ ਪੜਾਉਂਦੇ ਨੇ ਜਿਦੇ ਵਿੱਚ ਮਦੀਨੇ ਦੀ ਗੱਲ ਆਉਂਦੀ ਹੈ ਤੇ ਹੋਰ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਬਗਦਾਦ ਵੱਲੋਂ ਜਾਂਦੇ ਨੇ ਆਪ ਜੀ ਦੇ ਅੱਗੇ ਇੱਕ ਬੇਨਤੀ ਰੱਖਦੇ ਵਾਂ ਕਿਉਂਕਿ ਜਿਹੜਾ ਮੱਕਾ ਹੈ ਤੇ ਮਦੀਨਾ ਹੈ ਇਹ 사ウਦੀ ਅਰਬ ਦੇ ਵਿੱਚ ਨੇ ਉਹ ਜਿੱਥੇ ਮੁਹੰਮਦ ਸਾਹਿਬ ਦਾ ਅੰਤਿਮ ਸਮਾ ਜਿੱਥੇ ਉਹਨਾਂ ਦੀ ਕਬਰ ਬਣੀ ਹੈ ਉਹ ਮਦੀਨਾ ਹੈ ਔਰ ਇਸੇ ਤਰ੍ਹਾਂ ਜਿਹੜਾ ਬਗਦਾਦ ਹੈ ਇਹ ਇਰਾਕ ਦਾ ਸ਼ਹਿਰ ਹੈ ਹੁਣ ਤੇ ਅਸੀਂ ਜੇ ਅਸੀਂ ਪੋਲਿਟਿਕਲ ਹਾਲਤ ਤੋਂ ਵੇਖੀਏ ਤੇ ਬਹੁਤ ਡਿਸਟਰਬ ਹੋ ਚੁੱਕਾ ਹੈ ਇਹ ਜਿਹੜਾ ਸ਼ਹਿਰ ਹੈ ਇਰਾਕ ਦੀ ਹਾਲਤ ਪਿਛਲੇ ਸਮੇਂ ਤੋਂ ਕਾਫੀ ਬੁਰੀ ਰਹੀ ਜਿਹਦੇ ਵਿੱਚ ਕਈ ਲੜਾਈਆਂ ਚੱਲਦੀਆਂ ਰਹੀਆਂ ਨੇ ਜੇ ਰਾਜਨੀਤਿਕ ਤੌਰ ਦੇ ਉੱਤੇ ਵੇਖਦੇ ਹਾਂ ਪਰ ਇੱਕ ਸਮਾਂ ਉਹ ਹੈ ਜਦੋਂ ਬਗਦਾਦ ਇਦਾਂ ਕਹਿ ਲਿਏ ਕਿ ਇਰਾਕ ਦਾ ਔਰ ਇਸਲਾਮੀ ਪਰੰਪਰਾ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਸ਼ਹਿਰ ਮੰਨਿਆ ਜਾਂਦਾ ਰਿਹਾ ਹੈ। ਬੜੇ ਕਮਾਲ ਦੇ ਵਿਦਵਾਨ ਤੇ ਬਹੁਤ ਜਿਹੜੇ ਇਸਲਾਮੀ ਪਰੰਪਰਾ ਦੇ ਨਾਲ ਸੰਬੰਧ ਰੱਖਣ ਵਾਲੇ ਧਾਰਮਿਕ ਆਗੂ ਨੇ ਉਹਨਾਂ ਦੀਆਂ ਗੱਦੀਆਂ ਉੱਥੇ ਚੱਲਦੀਆਂ ਨੇ। ਉਹਨਾਂ ਦੇ ਡੇਰੇ ਉੱਥੇ ਚੱਲਦੇ ਨੇ ਇਦਾਂ ਕਹਿ ਲਈਏ। ਭਾਈ ਗੁਰਦਾਸ ਸਾਹਿਬ ਨੇ ਜਿਹੜਾ ਇਹ ਹਵਾਲਾ ਦਿੱਤਾ ਹੈ ਅਸੀਂ ਉਸੇ ਹਵਾਲੇ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਔਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਵੇਖੋ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਗਦਾਦ ਦੀ ਫੇਰੀ ਦੇ ਬਾਰੇ ਗੱਲ ਕਰਦੇ ਹਾਂ ਤੇ ਮੈਂ ਭਾਈ ਵੀਰ ਸਿੰਘ ਜੀ ਦਾ ਹਵਾਲਾ ਇੱਕ ਆਪ ਜੀ ਦੇ ਅੱਗੇ ਰੱਖ ਦੇਵਾਂਗਾ ਕਿੰਦੇ ਕਿ ਅਸਲ ਦੇ ਵਿੱਚ ਮਹਾਰਾਜ ਜੀ ਨੇ ਸਵੇਰ ਦੇ ਵੇਲੇ ਉੱਥੇ ਜਾ ਕੇ ਤੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਸੀ ਔਰ ਨਾਲ ਭਾਈ ਮਰਦਾਨਾ ਦੀ ਜ ਮਰਦਾਨਾ ਜੀ ਦਾ ਜ਼ਿਕਰ ਵੀ ਆਉਂਦਾ ਹੈ ਜਦੋਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਸੀ ਤੇ ਇਸਲਾਮੀ ਪਰੰਪਰਾ ਦੇ ਵਿੱਚ ਜਿਹੜੀ ਸ਼ਰ੍ਹਾ ਹੈ ਉਹ ਗਾਇਨ ਨੂੰ ਬਹੁਤਾ ਵਧੀਆ ਨਹੀਂ ਮੰਨਦੀ ਉਹ ਗਾਉਣ ਨੂੰ ਬਹੁਤਾ ਵਧੀਆ ਨਹੀਂ ਮੰਨਦੀ ਹਾਲਾਂਕਿ ਇਹ ਵੀ ਰੱਬ ਦੀ ਕੁਦਰਤ ਹੈ ਕਿ ਉਹਨਾਂ ਦੇ ਵਿੱਚ ਹੀ ਸੂਫੀ ਪੈਦਾ ਹੋਏ ਨੇ ਜਿਹੜੇ ਗਾ ਵੀ ਲੈਂਦੇ ਨੇ ਤੇ ਜਿਹੜੇ ਨੱਚ ਵੀ ਲੈਂਦੇ ਨੇ ਉਹ ਉਹਨਾਂ ਦੇ ਵਿੱਚ ਹੀ ਪੈਦਾ ਹੁੰਦੇ ਨੇ ਅਜੇ ਵੀ ਤੁਸੀਂ ਵੇਖ ਲਓ ਫਿਰ ਕਿ ਉਹ ਇਦਾਂ ਦੀ ਖੇਡ ਬਣ ਜਾਂਦੀ ਹੈ ਕਿ ਜਿੰਨਾਂ ਚੀਜ਼ਾਂ ਤੋਂ ਰੋਕਿਆ ਗਿਆ ਸਗੋਂ ਹੀ ਉਹ ਜੇ ਚੀਜ਼ਾਂ ਜ਼ਿਆਦਾ ਨਿੱਤਰ ਕੇ ਸਾਹਮਣੇ ਆਈਆਂ ਕਿ ਕਿਡ ਕਮਾਲ ਕਮਾਲ ਦੇ ਗਵਈਏ ਨੇ ਮੁਸਲਮਾਨ ਨੇ ਇਹਦਾ ਭਾਵ ਇਹ ਨਹੀਂ ਵੀ ਹੋਰ ਕਿਤੇ ਗਵਈਏ ਹੈ ਨਹੀਂ ਪਰ ਜਿਨ੍ਹਾਂ ਨੂੰ ਮਨਾ ਕੀਤਾ ਗਿਆ ਉਹਨਾਂ ਦੇ ਵਿੱਚ ਉਹ ਚੀਜ਼ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆ ਗਈ ਉਹ ਗਾਇਨ ਵਿਦਿਆ ਨੂੰ ਬਹੁਤਾ ਵਧੀਆ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਗਾਉਣਾ ਹੈ ਇਹਦੇ ਨਾਲ ਬੰਦੇ ਦੇ ਬੰਦੇ ਦਾ ਧਿਆਨ ਰੱਬ ਵੱਲ ਨਹੀਂ ਲੱਗ ਸਕਦਾ ਤੇ ਇਹਦੇ ਨਾਲ ਬੰਦੇ ਦਾ ਧਿਆਨ ਕਿਉਂਕਿ ਉਹੀ ਤਬਲਾ ਹੈ ਜਿਹੜਾ ਗੁਰੂ ਘਰ ਦੇ ਵਿੱਚ ਵੀ ਵੱਜ ਜਾਂਦਾ ਹੈ ਤੇ ਸਤਗੁਰੂ ਬਖਸ਼ ਲਵੇ ਉਹੀ ਤਬਲਾ ਹੈ ਜਿਹੜਾ ਨਚਣ ਗਾਉਣ ਵਾਲਿਆਂ ਦੇ ਕੋਲ ਵੀ ਵੱਜਣ ਲੱਗ ਪੈਂਦਾ ਹੈ ਸੁਰ ਤੇ ਉਹੀ ਸੱਤ ਹੈ ਨਾ ਸਾਰੇ ਗਾਵਾ ਪਾਦਾ ਨੀਸਾ ਵਾਲੀ ਗੱਲ ਹੈ ਵੀ ਉਹੀ ਤੁਸੀਂ ਰੱਬ ਦੀ ਉਸਤਤ ਗਾ ਲੋ ਤੇ ਉਹਦੇ ਨਾਲੇ ਤੁਸੀਂ ਦੁਨੀਆ ਦਾ ਨਿਕੰਮੇ ਤੋਂ ਨਕੰਮਾ ਗੀਤ ਗਾ ਲੋ ਸੁਰ ਤੇ ਸਾਰੀ ਦੁਨੀਆ ਦੇ ਵਿੱਚ ਉਹੀ ਸੱਤ ਘੁੰਮਦੇ ਪਏ ਨੇ ਹੈ ਜੋ ਕੁਝ ਹੋ ਰਿਹਾ ਹੈ ਇਹਨਾਂ ਸੱਤਾਂ ਤੋਂ ਹੀ ਹੋ ਰਿਹਾ ਹੈ ਦੁਨੀਆ ਦੀ ਸਾਰੀ ਖੇਡ ਇਹਨਾਂ ਸੱਤਾਂ ਸੁਰਾਂ ਦੇ ਵਿੱਚ ਹੈ ਸੱਤਾਂ ਦੇ ਅਧੀਨ ਕੁਝ ਨੇ ਸੱਤਾਂ ਤੋਂ ਉੱਪਰ ਕੁਝ ਨੇ ਕੁਝ ਸੱਤਾਂ ਦੇ ਹੀਠਾਂ ਨੇ ਪਰ ਅਸਲ ਦੇ ਵਿੱਚ ਸਾਰਾ ਕੁਝ ਇਹਨਾਂ ਦੇ ਦਵਾਰੇ ਹੀ ਘੁੰਮਦਾ ਹੈ ਤੇ ਮਹਾਰਾਜ ਜੀ ਨੇ ਜਦੋਂ ਉਹ ਆਸਾਦੀਵਾਰ ਦਾ ਕੀਰਤਨ ਉੱਥੇ ਗਾਇਆ ਸੀ ਤੇ ਸਭ ਤੋਂ ਵੱਧ ਗੁੱਸਾ ਉਹਨਾਂ ਨੂੰ ਇਸ ਗੱਲ ਦਾ ਆਇਆ ਸੀ ਕਿ ਇੱਕ ਹੋਵੇ ਇਸਲਾਮੀ ਸ਼ਹਿਰ ਕਿ ਸਾਡਾ ਸ਼ਹਿਰ ਹੋਵੇ ਔਰ ਸਾਡੇ ਸ਼ਹਿਰ ਦੇ ਵਿੱਚ ਬਹਿ ਕੇ ਤਾਂ ਕੋਈ ਗਾਰਿਆ ਹੋਵੇ ਜਿਹੜਾ ਆਪਣੇ ਆਪ ਨੂੰ ਫਕੀਰ ਤੇ ਅਖਵਾਉਂਦਾ ਹੋਵੇ ਪਰ ਸਾਡੀ ਸਾਡੀ ਮੱਤ ਵਾਲਾ ਫਕੀਰ ਨਹੀਂ ਹੈ ਜੀ ਆਪਣੇ ਆਪ ਨੂੰ ਫਕੀਰ ਅਖਵਾਉਂਦਾ ਹੈ ਤੇ ਫਿਰ ਉਹ ਗਾ ਕਿਦਾਂ ਸਕਦਾ ਹੈ ਕਿਉਂਕਿ ਉਹਨਾਂ ਨੂੰ ਇੰਜ ਲੱਗਦਾ ਪੀ ਜਿਹੜਾ ਗਾਉਂਦਾ ਹੈ ਉਹ ਤੇ ਫਕੀਰ ਹੋਈ ਨਹੀਂ ਸਕਦਾ ਜਿਹੜਾ ਗਾਉਂਦਾ ਹੈ ਉਹ ਫਕੀਰ ਕਿਵੇਂ ਹੋ ਸਕਦਾ ਹੈ ਲੋਕਾਂ ਨੇ ਸ਼ਿਕਾਇਤ ਕਰਦਿਆਂ ਕਰਦਿਆਂ ਮੈਂ ਪਹਿਲਾਂ ਸਿੱਧਾ ਹੀ ਵਿਆਖਿਆ ਆਪਦੀ ਦੇ ਅੱਗੇ ਰੱਖ ਦੇਵਾਂਗਾ ਫਿਰ ਅਖਰੀ ਵਿਆਖਿਆ ਪੜਾਂਗੇ ਸ਼ਿਕਾਇਤ ਕਰਦਿਆਂ ਕਰਦਿਆਂ ਜਿਹੜਾ ਉਸ ਵੇਲੇ ਪੀਰ ਦਸਤਗੀਰ ਹੈ ਉਹਦੇ ਕੋਲ ਸ਼ਿਕਾਇਤ ਪਹੁੰਚ ਜਾਂਦੀ ਹੈ ਇਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ ਅਬਦੁਲ ਕਾਦਰ ਜ਼ਿਲਾਨੀ ਬਗਦਾਦ ਦੇ ਵਿੱਚ ਇੱਕ ਪੀਰ ਹੋਇਆ ਹੈ ਇਹਨਾਂ ਦਾ ਸਿਲਸਿਲਾ ਹੈ ਇਸਲਾਮ ਦੇ ਵਿੱਚ ਸਿਲਸਿਲੇ ਚੱਲਦੇ ਨੇ ਇਹਦਾ ਸਿਲਸਿਲਾ ਹੈ ਕਾਦਰੀ ਸਿਲਸਿਲਾ 1100 ਤੇ 66 ਦੇ ਵਿੱਚ ਇਹ ਚੜ੍ਹਾਈ ਕਰ ਗਿਆ ਹੈ ਭਾਈ ਕਾਨ ਸਿੰਘ ਨਾਬਾ ਹੋਣਾ ਨੇ ਇਹਦਾ ਹਵਾਲਾ ਦਿੱਤਾ ਹੈ 1166 ਦੇ ਵਿੱਚ ਜਦੋਂ ਇਹ ਚੜ੍ਹਾਈ ਕਰ ਗਿਆ ਤੇ ਇਹਦੀ ਥਾਂ ਦੇ ਉੱਤੇ ਜਿੰਨੇ ਪੀਰ ਬੈਠਦੇ ਨੇ ਇਹਨੂੰ ਪੀਰ ਦਸਤਗੀਰ ਕਿਹਾ ਜਾਂਦਾ ਹੈ ਇਹਦਾ ਇੱਕ ਨਾਮ ਇਹ ਹੈ ਪੀਰ ਬਗਦਾਦ ਵੀ ਇਹਨੂੰ ਇਸ ਪਾਸੇ ਤੋਂ ਕਿਹਾ ਜਾਂਦਾ ਹੈ ਮਤਲਬ ਕਾਫੀ ਨਾਮ ਨੇ ਇਹਦੇ ਪੀਰ ਦਸਤਗੀਰ ਇਸ ਗੱਦੀ ਦੇ ਉੱਤੇ ਬੈਠਣ ਵਾਲੇ ਹਰ ਪੀਰ ਨੂੰ ਕਿਹਾ ਜਾਂਦਾ ਹੈ ਜਿੱਦਾਂ ਇਦਾਂ ਕਹਿ ਲਈਏ ਜਿਹੜਾ ਇੱਕ ਵੱਡਾ ਹੈੱਡ ਹੁੰਦਾ ਹੈ ਉਹਦੇ ਅੱਗੇ ਜਿਹੜੇ ਚੇਲੇ ਹੁੰਦੇ ਨੇ ਉਹਨਾਂ ਦੇ ਨਾਮ ਵੀ ਉਹੀ ਸਦਾਏ ਜਾਂਦੇ ਨੇ ਨਾਮ ਇਹਨਾਂ ਦੇ ਹੋਰ-ਹੋਰ ਹੁੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਮ ਤੇ ਤਿੰਨ ਵੱਖਰੇ-ਵੱਖਰੇ ਨੇ ਪਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਵਰਤਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਹੀ ਨਾਮ ਵਰਤਿਆ ਗੱਦੀ ਉਹੀ ਚੱਲਦੀ ਪਈ ਹੈ ਇਦਾਂ ਹੀ ਦਸਤਗੀਰ ਪੀਰ ਦੀ ਗੱਦੀ ਚੱਲਦੀ ਪਈ ਹੈ ਪੀਰ ਦਸਤਗੀਰ ਜਿਸ ਦਾ ਨਾਮ ਹੈ ਉਹ ਪਹਿਲਾਂ ਹੋ ਚੁੱਕਾ ਹੈ ਪਰ ਉਹ ਥਾਂ ਦੇ ਉੱਤੇ ਬੈਠੇ ਨੂੰ ਵੀ ਪੀਰ ਦਸਤਗੀਰ ਕਿਹਾ ਜਾਂਦਾ ਹੈ ਇਸ ਕਰਕੇ ਇਹ ਹਵਾਲਾ ਹੈ ਇਦਾਂ ਹੀ ਇੱਕ ਨਾਮ ਹੋਰ ਹੈ ਜਿਹਦੇ ਬਾਰੇ ਫਿਰ ਭਾਈ ਕਾਨ ਸਿੰਘ ਨਾਭਾ ਨੇ ਬੋਲਿਆ ਪੀਰ ਬਹਿਲੂਲ ਹੈ ਇੱਕ ਇਹ ਵੀ ਜਿੱਦਾਂ ਦਸਤਗੀਰ ਦੀ ਗੱਦੀ ਚੱਲਦੀ ਹੈ ਉਦਾਂ ਬਹਿਲੋਲ ਦੀ ਗੱਦੀ ਚੱਲਦੀ ਹੈ ਤੇ ਬਹਿਲੋਲ ਦੀ ਗੱਦੀ ਦੇ ਉੱਤੇ ਬੈਠਣ ਵਾਲੇ ਤੇ ਦਸਤਗੀਰ ਦੀ ਗੱਦੀ ਦੇ ਉੱਤੇ ਜਿਹੜੇ ਉਸ ਵੇਲੇ ਜਾਣ ਸ਼ੀਨ ਨੇ ਉਹਦੇ ਉਹਨਾਂ ਦੀ ਮੁਲਾਕਾਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੋਈ ਹੈ ਇੱਥੇ ਜਿਹੜਾ ਹਵਾਲਾ ਹੈ ਉਹ ਕਹਿੰਦੇ ਨੇ ਵੀ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਸ਼ਿਕਾਇਤ ਪੀਰ ਦੇ ਕੋਲ ਪਹੁੰਚ ਗਈ ਦਸਤਗੀਰ ਦੇ ਕੋਲ ਸ਼ਿਕਾਇਤ ਪਹੁੰਚ ਗਈ ਤੇ ਉਹਨੇ ਇਹ ਗੱਲ ਕਹੀ ਪਹਿਲਾਂ ਤੇ ਲੋਕਾਂ ਨੂੰ ਕਿਹਾ ਕਿਉਂਕਿ ਇਦਾਂ ਦੀ ਗੱਲ ਭਾਈ ਵੀਰ ਸਿੰਘ ਹਣੀ ਬੋਲਦੇ ਨੇ ਕਿ ਜਿੱਦਾਂ ਇੱਕ ਰਾਜਨੀਤਿਕ ਬੰਦਾ ਦੂਜੇ ਦੀ ਚੜ੍ਹਦੀ ਕਲਾ ਨਹੀਂ ਨਜ਼ਰਦਾ ਇਦਾਂ ਧਾਰਮਿਕ ਬੰਦਿਆਂ ਨੂੰ ਵੀ ਇਸ ਗੱਲ ਦਾ ਵਹਿਮ ਹੁੰਦਾ ਕਿ ਜੇ ਇਹ ਬੋਲੇਗਾ ਤੇ ਮੈਨੂੰ ਕੌਣ ਸੁਣੇਗਾ ਇਹ ਬੜੀ ਦਿੱਕਤ ਹੁੰਦੀ ਆ ਧਾਰਮਿਕ ਲੋਕਾਂ ਨੂੰ ਉਹਨੇ ਜਿਹੜੇ ਲੋਕ ਉਹਦੇ ਕੋਲ ਸ਼ਿਕਾਇਤ ਲੈਣ ਲੈ ਕੇ ਆਏ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਉਹਨੂੰ ਰੋਕੋ ਤੇ ਜਾ ਕੇ ਸਮਝਾਓ ਤੇ ਹੌਲੀ ਹੌਲੀ ਕਹਿੰਦੇ ਚਲੋ ਜਦੋਂ ਥੋੜੇ ਦਿਨ ਗੱਲ ਚੱਲਦੀ ਰਹੀ ਇੱਕੋ ਦਿਨ ਦੀ ਇਹ ਖੇਡ ਨਹੀਂ ਹੈ ਜਦੋਂ ਗੱਲ ਚੱਲਦੀ ਰਹੀ ਤੇ ਉੱਥੇ ਜਿਹੜੇ ਬੈਠੇ ਸੀ ਉਹਨਾਂ ਦੇ ਵਿੱਚੋਂ ਕਿਉਂਕਿ ਉਸ ਗੱਦੀ ਦੇ ਉੱਤੇ ਉਹਦੇ ਚੇਲੇ ਹਿੰਦੂਸਤਾਨ ਦੇ ਵਿੱਚ ਵੀ ਬਹੁਤ ਸੀ ਤੇ ਉਹਨੂੰ ਉੱਥੇ ਜਾਂਦੇ ਰਹਿੰਦੇ ਸੀ ਅਜੇ ਵੀ ਕਸ਼ਮੀਰ ਦੇ ਵਿੱਚ ਉਹਨਾਂ ਦੇ ਕਾਫੀ ਚੇਲੇ ਨੇ ਤੇ ਇਥੋਂ ਸੰਗਤ ਜਿਹੜੀ ਹੈ ਉਹਨਾਂ ਦੀ ਉੱਥੇ ਜਾਂਦੀ ਹੁੰਦੀ ਸੀ ਤੇ ਉਸ ਸੰਗਤ ਦੇ ਵਿੱਚੋਂ ਜਦੋਂ ਕਈਆਂ ਨੂੰ ਪਤਾ ਲੱਗਾ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੀ ਬਾਣੀ ਬੋਲਦੇ ਨੇ ਜਪਜੀ ਸਾਹਿਬ ਦੀ ਗੱਲ ਕਰਦੇ ਨੇ ਵੀ ਇਹਦੇ ਵਿੱਚ ਤੇ ਪਤਾਲਾ ਪਤਾਲ ਲੱਖ ਆਗਾਸਾਂ ਆਗਾਸ ਦੀ ਗੱਲ ਹੈ ਪੀਏ ਤੇ ਕਹਿੰਦੇ ਨੇ ਵੀ ਲੱਖ ਪਤਾਲ ਨੇ ਤੇ ਲੱਖ ਹੀ ਆਕਾਸ਼ ਨੇ ਹੁਣ ਇਸਲਾਮੀ ਪਰੰਪਰਾ ਕਹਿੰਦੀ ਆ ਵੀ ਸੱਤ ਜਿਹੜੇ ਪਤਾਲ ਨੇ ਤੇ ਸੱਤ ਆਕਾਸ਼ ਨੇ ਇਹਦਾ ਮਤਲਬ ਹੈ ਵੀ ਉਹਨਾਂ ਦੇ ਸ਼ਹਿਰ ਦੇ ਵਿੱਚ ਬੈਠ ਕੇ ਤੇ ਉਹਨਾਂ ਤੋਂ ਵੱਖਰੀ ਗੱਲ ਕੀਤੀ ਜਾ ਰਹੀ ਹੈ ਇਹ ਦੋ ਗੱਲਾਂ ਹੋ ਗਈਆਂ ਪਹਿਲੀ ਗੱਲ ਤੇ ਇਹ ਪੀ ਗਾਇਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਜੀ ਗੱਲ ਇਹ ਹੋ ਗਈ ਵੀ ਜਿਹੜੀ ਗੱਲ ਗਾ ਕੇ ਮਹਾਰਾਜ ਕਰਦੇ ਪਏ ਨੇ ਉਹ ਇਸਲਾਮੀ ਪਰੰਪਰਾ ਦੇ ਸਿਧਾਂਤ ਦੇ ਖਿਲਾਫ ਹੈ ਉਹਨਾਂ ਦੇ ਪ੍ਰਿੰਸੀਪਲ ਇਹ ਨਹੀਂ ਨੇ ਤੀਸਰੀ ਗੱਲ ਫਿਰ ਇਹ ਵੀ ਜਿਹੜੇ ਬੰਦਿਆਂ ਨੂੰ ਭੇਜਿਆ ਸੀ ਨਾ ਵੀ ਜਾ ਕੇ ਮਨਾ ਕਰੋ ਉਹਨੂੰ ਤੇ ਉਹਨਾਂ ਦੇ ਮਨਾ ਕਰਨ ਦੇ ਉੱਤੇ ਵੀ ਉਹ ਮਨਾ ਨਹੀਂ ਹੁੰਦਾ ਤੇ ਵਾਪਸ ਜਦੋਂ ਪੀਰ ਦੇ ਕੋਲ ਆਉਂਦੇ ਨੇ ਤੇ ਪੀਰ ਕਹਿੰਦਾ ਵੀ ਇਹਨੇ ਸ਼ਰਧਾ ਦੇ ਖਿਲਾਫ ਗੱਲ ਕੀਤੀ ਹੈ ਇਸ ਕਰਕੇ ਇਹਨੂੰ ਸੰਗਸ਼ਾਰ ਕੀਤਾ ਜਾਵੇ ਸੰਗ ਦਾ ਮਤਲਬ ਹੁੰਦਾ ਹੈ ਪੱਥਰ ਤੁਸੀਂ ਸੰਗ ਮਰਮਰ ਤੋਂ ਪਤਾ ਲਾ ਲਵੋਗੇ ਇਸ ਨਾਮ ਦਾ ਫਿਰ ਭੁੱਲਦਾ ਨਹੀਂ ਕਦੀ ਇਹਨੂੰ ਸੰਗਸਾਰ ਕੀਤਾ ਜਾਵੇ ਮਹਾਰਾਜ ਜੀ ਦਾ ਇੱਕ ਚੇਲਾ ਜਿਹਦੇ ਬਾਰੇ ਅਸੀਂ ਪਹਿਲਾਂ ਪੜ੍ਹ ਕੇ ਆ ਗਏ ਹਾਂ ਕਾਜੀ ਰੁਕਨਦੀਨ ਦੀ ਗੱਲ ਉਹ ਵੇਖੋ ਉਹਦੇ ਨਾਲ ਮੱਕੇ ਦੇ ਵਿੱਚ ਇਹ ਹਾਲਤ ਕੀਤੀ ਗਈ ਇੱਥੇ ਮਹਾਰਾਜ ਜੀ ਦੇ ਵਿਰੋਧ ਇਹ ਫਤਵਾ ਸੁਣਾਇਆ ਗਿਆ ਵੀ ਇਹ ਇਸਲਾਮ ਦੇ ਵਿਰੁੱਧ ਗੱਲ ਕਰਦਾ ਹੈ ਸ਼ਰਾਂ ਨੂੰ ਨਹੀਂ ਮੰਨਦਾ ਤੇ ਇਸ ਕਰਕੇ ਇਹਨੂੰ ਸੰਗਸਾਰ ਕੀਤਾ ਜਾਵੇ ਹੁਣ ਕੁਦਰਤ ਇਦਾਂ ਦੀ ਹੈ ਕਿ ਜਿਹੜੇ ਲੋਕ ਮਹਾਰਾਜ ਜੀ ਨੂੰ ਮਾਰਨ ਦੇ ਲਈ ਆਏ ਸੀ ਬਾਬੇ ਦੇ ਬੋਲ ਦੇ ਵਿੱਚ ਤਾਕਤ ਹੈ ਉਹ ਬੋਲ ਇਦਾਂ ਹਵਾ ਦੇ ਵਿੱਚੋਂ ਨਿਕਲੇ ਬੋਲ ਨਹੀਂ ਨੇ ਅਸੀਂ ਜਨਮ ਸਾਖੀਆਂ ਦੇ ਵਿੱਚ ਨਾ ਇੱਕ ਗੱਲ ਪੜਦੇ ਹੁੰਨੇ ਆ ਵੀ ਅਸੀਂ ਇੱਕ ਗੱਲ ਗੁਰੂ ਸਾਹਿਬਾਨ ਦੇ ਬਾਰੇ ਸੁਣਾਂਗੇ ਜੀ ਉਹ ਬੰਦਾ ਗੁਰੂ ਸਾਹਿਬ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗ ਪਿਆ ਵੀ ਮਹਾਰਾਜ ਜੀ ਬਖਸ਼ ਲੋ ਜਦ ਮਹਾਰਾਜ ਜੀ ਨੇ ਇੱਕੋ ਗੱਲ ਕਹੀ ਤੇ ਬੰਦਾ ਸੁਧਰ ਗਿਆ ਜੀ ਭਾਈ ਸੱਜਣ ਦੀ ਗੱਲ ਪੜ ਲਈ ਭਾਈ ਲਾਲੂ ਮਲਕ ਭਾਗੋ ਦੀ ਆਪਾਂ ਗੱਲ ਪੜ ਲਈ ਕਿੰਨਿਆਂ ਦੀ ਗੱਲ ਪੜ ਲਈ ਉਹ ਅਸਲ ਦੇ ਵਿੱਚ ਨਾ ਇੱਕ ਔਰਾ ਹੈ ਇੱਕ ਤਾਕਤ ਹੈ ਮਹਾਰਾਜ ਜੀ ਦੇ ਬੋਲਾਂ ਦੇ ਵਿੱਚ ਉਹ ਜਦੋਂ ਗੱਲ ਕਰਦਾ ਹੈ ਨਾ ਗੁਰਬਾਣੀ ਦੀ ਇੱਕ ਪੰਕਤੀ ਹੈ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਉਹਦਾ ਕੀਰਤਨ ਆਮ ਕੀਰਤਨ ਨਹੀਂ ਹੈ ਪੀ ਕਹਿ ਲੀਏ ਪੀ ਬਸ ਗਾ ਲਿਆ ਹੈ ਤੇ ਗਾ ਕੇ ਖਾਣਾ ਪੂਰਤੀ ਹੋ ਗਈ ਹੈ ਤੇ ਇਦਾਂ ਦਾ ਕੀਰਤਨ ਹੈ ਇਦਾਂ ਦਾ ਕੀਰਤਨ ਨਹੀਂ ਆ ਬਾਬੇ ਦਾ ਉਹਨਾਂ ਦਾ ਕੀਰਤਨ ਇਦਾਂ ਦਾ ਹੈ ਕਿ ਜੇ ਉਸ ਕੀਰਤਨ ਨੂੰ ਪਸ਼ੂ ਬਿਰਤੀ ਸੁਣਦੀ ਹੈ ਤੇ ਉਹ ਵੀ ਮੁਗਧ ਹੋ ਜਾਂਦੀ ਹੈ ਈਵਨ ਕੇ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਜਿਹੜੇ ਬਿਲਕੁਲ ਮੂਰਖ ਬੰਦੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਚੀਜ਼ਾਂ ਕੀ ਹੁੰਦੀਆਂ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੋਲਦੇ ਨੇ ਤੇ ਉਹ ਦੁਨੀਆ ਸੁਣਨ ਦੇ ਲਈ ਤਿਆਰ ਹੋ ਜਾਂਦੀ ਹੈ। ਭੀ ਹਾਂ ਇਹ ਗੱਲ ਨੂੰ ਸੁਣ ਲਿਆ ਜਾਵੇ। ਇਹ ਕੀਰਤਨ ਦੀ ਤਾਕਤ ਹੈ ਮਹਾਰਾਜ ਜੀ ਦੀ। ਭਾਈ ਮਰਦਾਨਾ ਵੀ ਬੜੇ ਕਮਾਲ ਦਾ ਹੋਵੇਗਾ ਨਾ ਨਾਲ ਤੇ ਉੱਥੇ ਖੇਡ ਇਹ ਵਾਪਰਦੀ ਹੈ। ਭੀ ਜਦੋਂ ਉਹ ਮਹਾਰਾਜ ਜੀ ਨੂੰ ਮਾਰਨ ਦੇ ਲਈ ਆਏ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਸ਼ਰਧ ਦੇ ਖਿਲਾਫ ਗੱਲ ਕਰਦੇ ਜੇ ਜਾਂ ਤੇ ਸ਼ਰਧ ਦੇ ਵਿੱਚ ਆ ਜਾਓ ਨਹੀਂ ਤੇ ਤੁਹਾਨੂੰ ਪੱਥਰ ਮਾਰੇ ਜਾਣਗੇ। ਤੇ ਉਸ ਵੇਲੇ ਨਮਾਜ਼ ਦਾ ਟਾਈਮ ਹੋ ਚੁੱਕਾ ਸੀ। ਭਾਈ ਵੀਰ ਸਿੰਘ ਕਹਿੰਦੇ ਤੇ ਨਮਾਜ਼ ਦਾ ਟਾਈਮ ਹੋ ਚੁੱਕਾ ਸੀ ਤੇ ਉਹਨਾਂ ਨੂੰ ਪੱਥਰ ਮਾਰਨ ਵਾਲਿਆਂ ਨੂੰ ਜਿਹੜੀ ਸ਼ਰਧਾ ਦੇ ਵਿਰੋਧ ਗੱਲ ਕਰਦੇ ਪਏ ਨੇ ਵੀ ਤੂੰ ਸ਼ਰਧਾ ਦਾ ਵਿਰੋਧੀ ਹੈ ਉਹਨਾਂ ਨੂੰ ਸ਼ਰਧਾ ਦੇ ਵਿੱਚ ਨਮਾਜ਼ ਦਾ ਵੀ ਚੇਤਾ ਭੁੱਲ ਗਿਆ ਵੀ ਪੱਥਰ ਪਹਿਲਾਂ ਮਾਰ ਲੀਆ ਨਮਾਜ਼ ਕੋਈ ਨਹੀਂ ਬਾਅਦ ਵਿੱਚ ਵੀ ਪੜੀ ਜਾਵੇਗੀ ਤੇ ਮਹਾਰਾਜ ਜੀ ਨੇ ਕਹਿੰਦੇ ਵੀ ਜਦੋਂ ਨਮਾਜ਼ ਦਾ ਟਾਈਮ ਉਹਨਾਂ ਦਾ ਹੋ ਗਿਆ ਨਾ ਤੇ ਮਹਾਰਾਜ ਨੂੰ ਤੇ ਚੇਤਾ ਸੀ ਇਸ ਗੱਲ ਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਇਸਲਾਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਇੱਧਰ ਦਾ ਇੰਡੀਅਨ ਕਲਚਰ ਉੱਥੇ ਉਹਨੂੰ ਬਾਗ ਦੇਣੀ ਕਿਹਾ ਜਾਂਦਾ ਹੈ ਮਤਲਬ ਆਵਾਜ਼ ਦੇ ਕੇ ਬੁਲਾਇਆ ਜਾਂਦਾ ਹੈ ਮੁਸਲਮਾਨਾਂ ਨੂੰ ਉਹ ਉੱਚੀ ਜਗ੍ਹਾ ਦੇ ਉੱਤੇ ਹੁੰਦਾ ਹੈ ਹੁਣ ਤੇ ਸਪੀਕਰ ਆ ਗਏ ਨਾ ਵੀ ਆਵਾਜ਼ ਦੂਰ ਦੂਰ ਤੱਕ ਚੱਲ ਜਾਂਦੀ ਹੈ ਉਹ ਉੱਚੀ ਥਾਂ ਦੇ ਉੱਤੇ ਜਾ ਕੇ ਆਵਾਜ਼ ਦਿੰਦਾ ਹੁੰਦਾ ਸੀ ਵੀ ਆਓ ਰੱਬ ਦੀ ਨਮਾਜ਼ ਦਾ ਉਹਦੀ ਇਬਾਦਤ ਦਾ ਟਾਈਮ ਹੋ ਗਿਆ ਹੈ ਉਹ ਉਸ ਕਰਕੇ ਉੱਚੀ ਥਾਂ ਤੇ ਚੜਿਆ ਹੁੰਦਾ ਸੀ ਜਿਸ ਨੂੰ ਬਾਬਾ ਕਬੀਰ ਕਹਿੰਦੇ ਕਬੀਰ ਮੁੱਲਾ ਮੋਨਾਰੇ ਕਿਹਾ ਚੜੇ ਉਹ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਤੇ ਆਵਾਜ਼ ਦਿੰਦਾ ਮਰਦੀ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਹੁਣ ਰੱਬ ਦੀ ਕੁਦਰਤ ਹੈ ਕਿ ਜਿਸ ਰੱਬ ਗੁਰੂ ਨਾਨਕ ਸਾਹਿਬ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਬੋਲਦਾ ਹੈ ਜਦੋਂ ਉਹਨੇ ਗਾਇਨ ਕੀਤਾ ਹੋਵੇਗਾ ਉਸ ਆਵਾਜ਼ ਨੂੰ ਇਹ ਵੀ ਆਪ ਜੀ ਦੇ ਅੱਗੇ ਰੱਖਦੇ ਵਾਂ ਅਸਲ ਦੇ ਵਿੱਚ ਜਿਹੜੇ ਬੰਦੇ ਨੇ ਆਵਾਜ਼ ਦੇਣੀ ਹੁੰਦੀ ਆ ਨਾ ਇਸਲਾਮੀ ਪਰੰਪਰਾ ਦੇ ਵਿੱਚ ਉਹ ਹਰੀ ਸਾਰੀ ਬੰਦਾ ਨਹੀਂ ਹੁੰਦਾ ਉਹ ਆਮ ਜਿਹਾ ਬੰਦਾ ਨਹੀਂ ਆਂਦਾ ਉਹ ਸਪੈਸ਼ਲ ਬੰਦਾ ਹੁੰਦਾ ਹੈ ਜਿਹਨੂੰ ਗਾਉਣ ਦਾ ਤਜਰਬਾ ਹੋਵੇ ਤੁਸੀਂ ਕਿਤੇ ਜੇਕਰ ਆਵਾਜ਼ ਸੁਣੀ ਹੋਵੇਗੀ ਨਾ ਉਹਨਾਂ ਬੰਦਿਆਂ ਦੀ ਜਿਹੜੇ ਅਜਾਨ ਦੀ ਆਵਾਜ਼ ਦਿੰਦੇ ਨੇ ਜਾਂ ਬਾਗ ਦਿੰਦੇ ਨੇ ਤੇ ਉਹਨਾਂ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ ਇਸ ਪਾਸੇ ਤੋਂ ਔਰ ਉਹਨੂੰ ਕਿਉਂਕਿ ਗਾ ਕੇ ਆਵਾਜ਼ ਦਿੱਤੀ ਜਾਂਦੀ ਹੈ ਉਹਦੇ ਵਿੱਚ ਵੀ ਇਹੀ ਬੋਲ ਹੁੰਦੇ ਨੇ ਵੀ ਤੁਸੀਂ ਇਹ ਬਾਤ ਦੇ ਲਈ ਜੁੜਜੋ ਉਹਦੇ ਕੁਝ ਅਰਥ ਭਾਵ ਇਦਾਂ ਦੇ ਨੇ ਹੁਣ ਜਦੋਂ ਉਹ ਬੰਦਾ ਗਾਵੇਗਾ ਸੁਭਾਵਿਕ ਜੀ ਗੱਲ ਹੈ ਵੀ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਦਾ ਤੇ ਮਹਾਰਾਜ ਜੀ ਨੇ ਜਦੋਂ ਗਾਇਆ ਹੋਵੇਗਾ ਤੇ ਕਹਿੰਦੇ ਨੇ ਵੀ ਜਿਹੜੇ ਮਹਾਰਾਜ ਜੀ ਨੂੰ ਮਾਰਨ ਦੇ ਲਈ ਆਏ ਸੀ ਨਾ ਅੱਧੇ ਤੇ ਉਥੇ ਹੀ ਉਹਨਾਂ ਦੇ ਹੱਥੋਂ ਛੁੱਟ ਗਏ ਪੱਥਰ ਵੀ ਕਿੰਨੂੰ ਮਾਰਨ ਦੇ ਲਈ ਆਏ ਆ ਚਲੋ ਸਮਾਂ ਨਿਕਲ ਜਾਂਦਾ ਹੈ ਅੱਗੇ ਜਿਹੜੇ ਮਾਰਨ ਆਏ ਸੀ ਉਹ ਵਾਪਸ ਜਾ ਕੇ ਪੀਰ ਦਸਤਗੀਰ ਨੂੰ ਦੱਸਦੇ ਵੀ ਨਹੀਂ ਕੋਈ ਆਮ ਜਿਹਾ ਬੰਦਾ ਨਹੀਂ ਹੈ ਜੇ ਆਮ ਬੰਦਾ ਹੁੰਦਾ ਤੇ ਐਡੀ ਹਿਮਾਕਤ ਨਾ ਕਰਦਾ ਆਮ ਬੰਦਾ ਹੁੰਦਾ ਤੇ ਐਡੀ ਵੱਡੀ ਗੱਲ ਨਹੀਂ ਸੀ ਉਹਨੇ ਕਰ ਲੈਣੀ ਫਿਰ ਕਹਿੰਦੇ ਪੀਰ ਦਸਤਗੀਰ ਆਉਂਦਾ ਹੈ ਪੀਰ ਦਸਤਗੀਰ ਦੀ ਗੁਰਨਾਨਕ ਸਹਿ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਦੇ ਕੁਝ ਸਵਾਲ ਜਵਾਬ ਨੇ ਉਹ ਅਗਲੀ ਪੌੜੀ ਦੇ ਵਿੱਚ ਨੇ ਪਹਿਲਾਂ ਅਸੀਂ ਇਸ ਪੌੜੀ ਨੂੰ ਵਿਚਾਰ ਲਈਏ ਫਿਰ ਬਾਬਾ ਗਿਆ ਬਗਦਾਦ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਨਾਨਕ ਸਹਿ ਮਹਾਰਾਜ ਜੀ ਬਗਦਾਦ ਵੱਲ ਨੂੰ ਗਏ ਬਾਹਰ ਜਾਏ ਕੀਆ ਅਸਥਾਨਾ ਇਹਦਾ ਮਤਲਬ ਹੈ ਕਿ ਨਗਰ ਦੇ ਬਾਹਰ ਜਾ ਕੇ ਮਹਾਰਾਜ ਜੀ ਨੇ ਆਪਣਾ ਅਸਥਾਨ ਬਣਾ ਲਿਆ ਬਾਬੇ ਨੂੰ ਇਸ ਗੱਲ ਦੇ ਨਾਲ ਨਹੀਂ ਕਿ ਮੈਂ ਸ਼ਹਿਰ ਦੇ ਵਿੱਚ ਜਾ ਕੇ ਰਵਾਂ ਤੇ ਫਿਰ ਜ਼ਿਆਦਾ ਮਸ਼ਹੂਰੀਆਂ ਨੂੰ ਪਤਾ ਵੀ ਜਿੱਥੇ ਚਲਾ ਗਿਆ ਲੋਕ ਉੱਥੇ ਆ ਹੀ ਜਾਣੇ ਨੇ ਇਹ ਕਿੱਥੇ ਹੈ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕ ਬਾਬਾ ਅਕਾਲ ਰੂਪ ਇੱਕ ਤੇ ਬਾਬਾ ਹੈ ਰੱਬ ਦਾ ਰੂਪ ਦੂਜਾ ਰਬਾਬੀ ਮਰਦਾਨਾ ਇੱਥੇ ਹੁਣ ਪਹਿਲੀ ਵਾਰ ਭਾਈ ਮਰਦਾਨਾ ਜੀ ਦਾ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਲਿਖ ਦਿੱਤਾ ਹੈ ਔਰ ਇਤਿਹਾਸਕ ਹਵਾਲਾ ਸਾਡਾ ਬਣ ਜਾਂਦਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਰਬ ਦੇਸ਼ ਦੇ ਵਿੱਚ ਯਾਤਰਾ ਤੇ ਗਏ ਨੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੈ ਤੇ ਇੱਕ ਗੱਲ ਤੇ ਸਾਨੂੰ ਸੋਚਣੀ ਪੈਂਦੀ ਹੈ ਕਿ ਗੁਰਨਾਨਕ ਸਾਹਿਬ ਤੇ ਗੁਰੂ ਹੈ ਉਤੇ ਚਲੋ ਹੈ ਨਿਰਪਾਉ ਹੈ ਪਰ ਭਾਈ ਮਰਦਾਨਾ ਵਾਕਿਆ ਹੀ ਭਾਈ ਮਰਦਾਨਾ ਹੈ ਮਰਦਾਨੇ ਦਾ ਮਤਲਬ ਹੁੰਦਾ ਵੀ ਮਰਦਾਂ ਵਾਲਾ ਉਹ ਵਾਕਿਆ ਹੀ ਏਡਾ ਮਰਦ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਨਿਭ ਗਿਆ ਇਹ ਤੇ ਨਹੀਂ ਨਿਭਦੀ ਜਨਮ ਸਾਖੀਆਂ ਦੇ ਵਿੱਚ ਨਾ ਕਈਆਂ ਥਾਵਾਂ 'ਤੇ ਉਹ ਸਾਡੇ ਵਰਗਿਆਂ ਨੂੰ ਸਮਝਾਉਣ ਦੀ ਖਾਤਰ ਹੈ ਇੱਥੇ ਭਾਈ ਮਰਦਾਨੇ ਨੂੰ ਕਿਸੇ ਵੇਲੇ ਨੀਵਾ ਵੀ ਕਰ ਦਿੱਤਾ ਭਾਈ ਮਰਦਾਨਾ ਕਹਿੰਦੇ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਵੀ ਬਾਬਾ ਤੈਨੂੰ ਤੇ ਨਾ ਭੁੱਖ ਲੱਗਦੀ ਹੈ ਤੇ ਨਾ ਤੈਨੂੰ ਕੋਈ ਗਮੀ ਚਿੰਤਾ ਤੇ ਮੈਂ ਤੇ ਆਮ ਦੁਨੀਆਦਾਰ ਬੰਦਾ ਮੈਨੂੰ ਤੇ ਸਾਰਾ ਕੁਝ ਹੀ ਹੁੰਦਾ ਤੇ ਜਾਣ ਤੇ ਫਿਰ ਇੰਜ ਕਰ ਪੀ ਮੈਨੂੰ ਆਪਣੇ ਵਰਗਾ ਬਣਾ ਲੈ ਵੀ ਮੈਂ ਤੇਰੇ ਨਾਲ ਤਾ ਤੇ ਮੈਨੂੰ ਵੀ ਤੇਰੇ ਵਾਂਗੂ ਕੋਈ ਗਮ ਨਾ ਹੋਵੇ ਤੇ ਕੋਈ ਚਿੰਤਾ ਨਾ ਹੋਵੇ ਮੈਂ ਤੇਰੇ ਵਰਗਾ ਹੋਵਾਂ ਤਾਂ ਫਿਰ ਕਦੀ ਚਿੰਤਾ ਹੋਵੇ ਤੇ ਮਹਾਰਾਜ ਕਹਿੰਦੇ ਵੀ ਠੀਕ ਹੈ ਭਾਈ ਉਹ ਉਹਦਾ ਇੱਕ ਹੈਡਿੰਗ ਆਉਂਦਾ ਏ ਉਹਦੀ ਜਨਮ ਸਾਖੀਆਂ ਦਾ ਹੈਡਿੰਗ ਹੀ ਹੈ ਮਰਦਾਨੇ ਦੀ ਭੁੱਖ ਗਵਾਈ ਵੀ ਮਤਲਬ ਉਹਦੀ ਭੁੱਖ ਹੀ ਦੂਰ ਕਰ ਦਿੱਤੀ ਬਾਬੇ ਨੇ ਤੇ ਕਿੱਡੇ ਕਮਾਲ ਦਾ ਜੀਵਨ ਜਿਹੜਾ ਬਾਬੇ ਦੇ ਨਾਲ ਰਿਹਾ ਹੈ ਅਸਲ ਦੇ ਵਿੱਚ ਸਾਖੀਆਂ ਲਿਖਣ ਵਾਲਿਆਂ ਦੀ ਨਾ ਇਹ ਆਦਤ ਹੁੰਦੀ ਸੀ ਕਿ ਸਾਡੇ ਵਰਗਿਆਂ ਨੂੰ ਸਮਝ ਆਵੇ ਅਸੀਂ ਜਿੰਨੀ ਵਾਰ ਵੀ ਪੜਾਂਗੇ ਨਾ ਗੁਰਨਾਨਕ ਗੁਰੂ ਤੇ ਭਾਈ ਮਰਦਾਨਾ ਇੱਕ ਸੁਰਤ ਦਾ ਨਾਮ ਹੈ ਜਿੱਦਾਂ ਸਾਡਾ ਧਿਆਨ ਵਾਰ-ਵਾਰ ਖਿੰਡਦਾ ਹੈ ਨਾ ਇਦਾਂ ਜਨਮ ਸਾਖੀਆਂ ਲਿਖਤੀਆਂ ਨੇ ਕਿ ਭਾਈ ਮਰਦਾਨੇ ਦਾ ਧਿਆਨ ਵਾਰ-ਵਾਰ ਉਧਰ ਜਾਂਦਾ ਹੈ ਕਿ ਬਾਬਾ ਮੈਂ ਆ ਵੀ ਕੰਮ ਕਰ ਲਵਾਂ ਬਾਬਾ ਮੈਂ ਆ ਵੀ ਕੰਮ ਕਰ ਲਵਾਂ ਤੇ ਮਹਾਰਾਜ ਕੀ ਕਰਦੇ ਨੇ ਫਿਰ ਉਹਨੂੰ ਖਿੱਚ ਕੇ ਲੈ ਕੇ ਆਉਂਦੇ ਨੇ ਚਲੋ ਇੱਕ ਦੋ ਹਵਾਲੇ ਆਪ ਜੀ ਦੇ ਅੱਗੇ ਰੱਖਦੇ ਵਾਂ ਸਰੀਰਾਂ ਵਾਲੇ ਰਿਸ਼ਤੇ ਤੋਂ ਕਿਤੇ ਉੱਚਾ ਰਿਸ਼ਤਾ ਹੈ ਮਹਾਰਾਜ ਨੇ ਉਹਨੂੰ ਭਾਈ ਕਿਹਾ ਹੈ ਮੇਰਾ ਭਰਾ ਹੈ ਇਹ ਤੇ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਭਰਾ ਕਹਿੰਦੇ ਹੋਣਗੇ ਤੇ ਉਹਨੂੰ ਪਿਆਰ ਕਿੰਨਾ ਦਿੰਦੇ ਹੋਣਗੇ ਨਾ ਹਾਸਾ ਮਜ਼ਾਕ ਸਾਰਾ ਉਹਦੇ ਨਾਲ ਦੁੱਖ ਸੁੱਖ ਦੀ ਗੱਲ ਉਹਦੇ ਨਾਲ ਜਿੱਥੇ 8-8 ਸਾਲ ਘਰ-ਬਾਰ ਛੱਡਿਆ ਨੂੰ ਹੋ ਗਏ ਕਿਤੇ ਪਿੱਛੇ ਪਰਿਵਾਰ ਵੀ ਚਿੰਤਾਉਂਦਾ ਹੋਵੇਗਾ ਭਾਈ ਮਰਦਾਨੇ ਨੂੰ ਤੇ ਮਹਾਰਾਜ ਜੀ ਦੇ ਨਾਲ ਗੱਲਾਂ ਬੈਠ ਕੇ ਕਰਦੇ ਹੋਣਗੇ ਪਰਿਵਾਰ ਦੀਆਂ ਤੇ ਕਿਆ ਕਮਾਲ ਦੀਆਂ ਖੇਡਾਂ ਚੱਲਦੀਆਂ ਹੋਣਗੀਆਂ ਨਾ ਇਹ ਤੇ ਸੋਚਿਆ ਹੀ ਜਾ ਸਕਦਾ ਹੈ ਲਿਖਤਾਂ ਤੇ ਸਾਡੇ ਕੋਲ ਹੈ ਨਹੀਂ ਨੀ ਇਹਦੇ ਬਾਰੇ ਇੱਕ ਥਾਂ ਤੇ ਜ਼ਿਕਰ ਆਉਂਦਾ ਹੈ ਜਿਹਦੇ ਵਿੱਚ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਕਿ ਬਾਬਾ ਮਰਦਾਨਾ ਕਹਿੰਦਾ ਵੀ ਮਹਾਰਾਜ ਭੁੱਖ ਬੜੀ ਲੱਗੀ ਐ ਤੇ ਕਹਿੰਦੇ ਉਸ ਵੇਲੇ ਨਾ ਉਹ ਕੁਝ ਜੜੀਆਂ ਸੀ ਉੱਥੇ ਖਖੜੀਆਂ ਪਈਆਂ ਹੋਈਆਂ ਸੀ ਬਹੁਤੀਆਂ ਵਧੀਆਂ ਨਹੀਂ ਹੁੰਦੀਆਂ ਖਾਣ ਦੇ ਲਈ ਤੇ ਉਹ ਸਮੇਂ ਬਾਅਦ ਜ਼ਰੀਲੀਆਂ ਵੀ ਹੋ ਜਾਂਦੀਆਂ ਨੇ ਤੇ ਮਹਾਰਾਜ ਜੀ ਨੂੰ ਮਹਾਰਾਜ ਜੀ ਨੂੰ ਕਹਿੰਦੇ ਭਾਈ ਮਰਦਾਨਾ ਵੀ ਸੱਚੇ ਪਾਤਸ਼ਾਹ ਭੁੱਖ ਲੱਗੀ ਐ ਤੇ ਮਹਾਰਾਜ ਜੀ ਕਹਿੰਦੇ ਵੀ ਭਾਈ ਆਹ ਸਾਹਮਣੇ ਹੈ ਨੇ ਇਹਨਾਂ ਨੂੰ ਖਾ ਲ ਪਰ ਇੰਜ ਕਰੀ ਇਹਨਾਂ ਨੂੰ ਪੱਲੇ ਨਾ ਬੰਨੀ ਐ ਮੈਂ ਪਹਿਲਾਂ ਵੀ ਸਾਂਝੀ ਕੀਤੀ ਹੈ ਗੱਲ ਤੇ ਭਈ ਮਰਦਾਨਾ ਕਹਿੰਦਾ ਵੀ ਸੱਚੇ ਪਾਤਸ਼ਾਹ ਇਹਨੂੰ ਖਾਵਾਂ ਹੁਣ ਦੂਜੀ ਗੱਲ ਐ ਵੀ ਜੇ ਗੁਰੂ ਨਾਨਕ ਕਹਿ ਰਿਹਾ ਤੇ ਝੂਠ ਥੋੜਾ ਕਹਿ ਰਿਹਾ ਹੋਗਾ ਵੀ ਆਖੇ ਲਾ ਕੇ ਖਾ ਲਿਆ ਵੀ ਠੀਕ ਐ ਖਾ ਲਿਆ ਪਰ ਉਹ ਗੱਲ ਦੂਜੀ ਚੇਤੇ ਭੁੱਲ ਗਈ ਵੀ ਪੱਲੇ ਨਹੀਂ ਬੰਨਣੀ ਉਹ ਕਹਿੰਦੇ ਵੀ ਨਾਲ ਬੰਨ ਲੀ ਪੇ ਚੱਲ ਗਾਂਹ ਜਾ ਕੇ ਖਾਵਾਂ ਕਿਉਂਕਿ ਚਿੰਤਾ ਹੋ ਜਾਂਦੀ ਨਾ ਸਾਡੇ ਵਰਗਿਆਂ ਨੂੰ ਚਿੰਤਾ ਐ ਨਾ ਬਾਬੇ ਮਰਦਾਨੇ ਨੂੰ ਕਦੀ ਚਿੰਤਾ ਜੀ ਦੇ ਨਾਲ ਗੁਰੂ ਨਾਨਕ ਨੂੰ ਕੋਈ ਚਿੰਤਾ ਨਹੀਂ ਐ ਇਹ ਸਾਡੇ ਵਰਗਿਆਂ ਨੂੰ ਚਿੰਤਾ ਹੁੰਦੀ ਐ ਨਾ ਸਾਡੀ ਗੱਲ ਕੀਤੀ ਗਈ ਉੱਥੇ ਵੀ ਜੇ ਗਾਂਹ ਜਾ ਕੇ ਕੁਝ ਮਿਲਿਆ ਨਾ ਤੇ ਕੀ ਹੋ ਜੂਵੇਗਾ ਇਸ ਕਰਕੇ ਇਕੱਠਾ ਕਰ ਲੋ ਉਹ ਕਹਿੰਦੇ ਵੀ ਜਿਹੜਾ ਗਠੜੀ ਦੇ ਵਿੱਚ ਬੰਨਿਆ ਹੋਇਆ ਸੀ ਨਾ ਥੋੜੇ ਗਰ ਜਦੋਂ ਗਾਂ ਜਾ ਕੇ ਭੁੱਖ ਲੱਗੀ ਉਦੋਂ ਖਾਣ ਲੱਗਾ ਤੇ ਉਹ ਜ਼ਹਿਰੀਲੀਆਂ ਹੋ ਗਈਆਂ ਸੀ ਉਹ ਖਾਧੀਆਂ ਤੇ ਉਹ ਫਿਰ ਸਰੀਰ ਦੀ ਹਾਲਤ ਚੰਗੀ ਨਹੀਂ ਰਹੀ ਬਿਮਾਰ ਹੋਣ ਲੱਗ ਪਿਆ ਤੇ ਮਹਾਰਾਜ ਜੀ ਨੇ ਕਿਹਾ ਵੀ ਭਾਈ ਤੈਨੂੰ ਕਿਹਾ ਸੀ ਨਾ ਕਿ ਜਿੰਨੀਆਂ ਖਾ ਸਕਦਾ ਖਾਲਾ ਇਹਨੂੰ ਬੰਨੀ ਨਾ ਇਹ ਗੱਲ ਕੀ ਸੀ ਸਾਡੇ ਵਰਗਿਆਂ ਦੀ ਗੱਲ ਸੀ ਵੀ ਦੁਨੀਆ ਇਹੋ ਹੀ ਆ ਜਿੰਨੀ ਖਾ ਲੋਗੇ ਓਨੀ ਤੁਹਾਡੀ ਆ ਜਿੰਨੀ ਬੰਨੀ ਜਾਓਗੇ ਤੁਸੀਂ ਓਨੇ ਹੀ ਜ਼ਹਿਰੀਲਾ ਬਣਾਈ ਜਾਓਗੇ ਇਸ ਦੁਨੀਆ ਨੇ ਸਾਰੀ ਦੁਨੀਆ ਦਾ ਹਾਲ ਇਹ ਆ ਮਰਦਾਨਾ ਸੂਰਤ ਹੈ ਸਾਡੀ ਸਮਝ ਹੈ ਗੁਰੂ ਨਾਨਕ ਗੁਰੂ ਹੈ ਸਾਡਾ ਬਸ ਇਦਾਂ ਦੀ ਖੇਡ ਹੈ ਉਹ ਬਸ ਸਰੀਰਾਂ ਦੇ ਵਿੱਚ ਇਸ ਕਰਕੇ ਵਿਚਰਦੇ ਨੇ ਵੀ ਸਾਡੇ ਵਰਗਿਆਂ ਨੂੰ ਸਮਝ ਲੱਗ ਜੇ ਜਨਮ ਸਾਖੀ ਵਾਲਿਆਂ ਦੀ ਇਸ ਪਾਸੇ ਤੋਂ ਸਾਈ ਕੀ ਬੜੀ ਕਮਾਲ ਦੀ ਹੈ ਉਹਨੂੰ ਪਾ ਬਾਬਾ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਜਿਹੜਾ ਹੈ ਉਹ ਗੁਰੂ ਨਾਨਕ ਸਹਿ ਮਹਾਰਾਜ ਦੇ ਨਾਲ ਇੱਕ ਮਰਦ ਹੈ ਜੀ ਦਾ ਨਾਮ ਹੈ ਭਾਈ ਮਰਦਾਨਾ ਦਿੱਤੀ ਬਾਗ ਨਿਵਾਜ਼ ਕਰ ਸੁੰਨ ਸਮਾਨ ਹੋਵਾਂ ਜਹਾਨਾ ਜਦੋਂ ਬਾਬੇ ਨੇ ਆਵਾਜ਼ ਦਿੱਤੀ ਨਾ ਉਸ ਥਾਂ ਦੇ ਉੱਤੇ ਬਗਦਾਦ ਦੇ ਵਿੱਚ ਤੇ ਅਜ਼ਮਤ ਵੇਖੋ ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬੇ ਦੀ ਗੱਲ ਨੂੰ ਸੁਣਦਿਆਂ ਜਿਹੜੇ ਲੋਕ ਬਾਬੇ ਦੇ ਵਿਰੋਧੀ ਹੋ ਕੇ ਆਏ ਸੀ ਨਾ ਸੁੰਨ ਸਮਾਨ ਹੋ ਗਾ ਜਹਾਨਾ ਉਹ ਸਾਰਾ ਸੰਸਾਰ ਸੁੰਨ ਹੋ ਗਿਆ ਮੈਂ ਫੇਰ ਕਹਿ ਦੇਵਾਂ ਇਹ ਤੇ ਸਿਰਫ ਇਮੇਜਿਨ ਕਰਨੀਆਂ ਪੰਕਤੀਆਂ ਨੇ ਕਿ ਬਾਬੇ ਦੇ ਬੋਲਾਂ 'ਚ ਕਿੰਨੀ ਤਾਕਤ ਹੋਵੇਗੀ ਉਹ ਐਵੇਂ ਨਹੀਂ ਅਸੀਂ ਕਹਿੰਦੇ ਕਿ ਮਹਾਰਾਜ ਜੀ ਨੇ ਇੱਕ ਵਾਰ ਕਿਸੇ ਨੂੰ ਕਹਿ ਦਿੱਤਾ ਕਿ ਜਾ ਤੇਰਾ ਭਲਾ ਹੋਵੇਗਾ ਤੇ ਬਾਅਦ ਉਹਨੂੰ ਕਦੀ ਲੋੜ ਹੀ ਨਹੀਂ ਪਈ ਅਜੇ ਤੱਕ ਮਾਤਾ ਜੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਨੇ 4-4 5-500 ਸਾਲ ਹੋ ਗਈਆਂ ਬਖਸ਼ਿਸ਼ਾਂ ਕੀਤੀਆਂ ਨੂੰ ਅਜੇ ਤੱਕ ਮਾਲਕ ਦੀ ਕਿਰਪਾ ਰੋਟੀ ਵਧੀਆ ਚੱਲੀ ਜਾ ਰਹੀ ਹੈ ਅਜੇ ਤੱਕ ਨਹੀਂ ਜ਼ਿੰਦਗੀ ਦੇ ਵਿੱਚੋਂ ਚੀਜ਼ਾਂ ਖਤਮ ਹੋਈਆਂ ਸਾਡੇ ਵਰਗਿਆਂ ਦੇ ਬੋਲ ਦਾ ਅਸਰ ਕਿੱਡਾ ਹੁੰਦਾ ਸਾਨੂੰ ਵੀ ਤੇ ਪਤਾ ਹੀ ਹੈ ਉਹ ਬੋਲਾਂ ਦਾ ਅਸਰ ਹੈ ਦਿੱਤੀ ਬਾਗ ਨਿਵਾਜ਼ ਕਰ ਸੁੰਨ ਸਮਾਨ ਹੋਆ ਜਹਾਨਾ ਐ ਇੱਕ ਵਾਰ ਸ਼ਾਂਤੀ ਪਸਰ ਗਈ ਫਿਰ ਕੀ ਹੈ ਸੁੰਨ ਮੁਨ ਨਗਰੀ ਪਈ ਸਿਰਫ ਬੰਦੇ ਹੀ ਕੀ ਇੱਕ ਵਾਰ ਤੇ ਸਾਰਾ ਕੁਝ ਠਹਿਰ ਗਿਆ ਪੀ ਇਹਦੀ ਗੱਲ ਸੁਣ ਲਓ ਖਰ ਦਾ ਉਦੋਂ ਹੈ ਜਦੋਂ ਸਾਰੀ ਪਾਵਰ ਇੱਕ ਪਾਸੇ ਲੱਗ ਜਾਵੇ ਸਾਡੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਨੇ ਪਰ ਸਿਰਫ ਸੈਕਿੰਡ ਲਈ ਹੁੰਦੀਆਂ ਨੇ ਲਗਾਤਾਰ ਨਹੀਂ ਹੁੰਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਹੁਣੇ ਵੇਖ ਲਓ ਕੋਈ ਦਰਬਾਰ ਸਾਹਿਬ ਦੇ ਵਿੱਚ ਆਪਾਂ ਬੈਠੇ ਆ ਕੋਈ ਏਦਾਂ ਦੀ ਘਟਨਾ ਹੋ ਜਾਵੇ ਮੰਨ ਲਓ ਹਵਾ ਜ਼ੋਰ ਦੀ ਆਵੇ ਖਿੜਕੀ ਜ਼ੋਰ ਦੀ ਵੱਜ ਜੇ ਸਾਰਿਆਂ ਦਾ ਧਿਆਨ ਖਿੜਕੀ ਵੱਲ ਹੋ ਜਾਣਾ ਉਸੇ ਵੇਲੇ ਇੱਕ ਸੈਕਿੰਡ ਲਈ ਸਾਨੂੰ ਇਹ ਵੀ ਚੇਤਾ ਭੁੱਲ ਜਾਣਾ ਕਿਸੀਂ ਕਿੱਥੇ ਬੈਠੇ ਸੀ ਕਿੱਥੇ ਨਹੀਂ ਸੀ ਬੈਠੇ ਧਿਆਨ ਸਾਰਿਆਂ ਦਾ ਖਿੜਕੀ ਵੱਲੀ ਚਲਾ ਗਿਆ ਸਿਰਫ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਹੁਣ ਬਾਬਾ ਜਿਹੜਾ ਹੈ ਨਾ ਇਦਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਉਹ ਧਿਆਨ ਇੱਡਾ ਛੋਟਾ ਨਹੀਂ ਹੈ ਕਿਉਂਕਿ ਆਪਣਾ ਉਹਦਾ ਧਿਆਨ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੈ ਤੇ ਜਿਹੜਾ ਆਪ ਰੱਬ ਦਾ ਰੂਪ ਹੈ ਦੁਨੀਆ ਉਹਦੇ ਚਿਹਰੇ ਨੂੰ ਵੇਖਣ ਲਈ ਕਿੰਨਾ ਬੇਤਾਬ ਹੋਵੇਗੀ ਤੇ ਚਿਹਰੇ ਵੱਲ ਤੇ ਵੇਖਣਾ ਹੀ ਵੇਖਣਾ ਉਹਦੇ ਬੋਲਾਂ ਨੂੰ ਸੁਣਨ ਲਈ ਕਿੰਨਾ ਤਿਆਰ ਹੋਵੇਗੀ ਵੀ ਦੀ ਗੱਲ ਸੁਣੋ ਬੈਠ ਕੇ ਇਹ ਗੱਲ ਬੜੇ ਕਮਾਲ ਦੀ ਕਰਦਾ ਸੁਨਮਨ ਨਗਰੀ ਪਈ ਇੱਕ ਵਾਰ ਤੇ ਬਾਬੇ ਨੇ ਫਿਰ ਉੱਥੇ ਇਦਾਂ ਕਹਿਰੀ ਵੀ ਸਾਇਲੈਂਸ ਕਰ ਦਿੱਤੀ ਹੈ ਵੀ ਗੱਲ ਸੁਣੀ ਕਿਦਾਂ ਜਾਂਦੀ ਹੈ ਜਿਹੜੇ ਤਵੱਸਬ ਦੇ ਵਿੱਚ ਈਰਖਾ ਦੇ ਵਿੱਚ ਅੰਨੇ ਹੋ ਕੇ ਆਉਂਦੇ ਨੇ ਬਾਬੇ ਨੇ ਸਾਰੀ ਰੋਕ ਦਿੱਤੇ ਨੇ ਸਿਰਫ ਆਪਣੇ ਬੋਲ ਦੀ ਤਾਕਤ ਦੇ ਨਾਲ ਸੁੰਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਲੰਮੀ ਚੌੜੀ ਦੋ ਚਾਰ ਵਾਰ ਦੀ ਮੁਲਾਕਾਤ ਤੋਂ ਬਾਅਦ ਪੀਰ ਖੁਦ ਆਉਂਦਾ ਹੈ ਸੁੰਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਪੀਰ ਵੀ ਹੈਰਾਨ ਹੋ ਗਿਆ ਹੁਣ ਸਾਡੇ ਲਈ ਹੈਰਾਨੀ ਤੇ ਵਿਆਖਿਆ ਹੀ ਹੈ ਨਾ ਜਿਹੜਾ ਉਹ ਹੈਰਾਨ ਹੋਇਆ ਹੋਵੇਗਾ ਉਹਦੀ ਹੈਰਾਨਗੀ ਫਿਰ ਕਿੱਥੇ ਹੋਵੇਗੀ ਉਸ ਵੇਲੇ ਸਾਡੇ ਕੋਲ ਤੇ ਵਿਆਖਿਆ ਇਸੀ ਛੋਟੀ ਜੀ ਕਰਕੇ ਲੰਘ ਜਾਵਾਂਗੇ ਜੀ ਪੀਰ ਹੈਰਾਨ ਹੋ ਗਿਆ ਉਹ ਉਹਨੂੰ ਸਮਝਣਾ ਪਵੇਗਾ ਕਿ ਕਿਦਾਂ ਹੈਰਾਨ ਹੁੰਦਾ ਹੈ ਹਜ਼ੂਰ ਕਹਿੰਦੇ ਨੇ ਵੇਖਿਆ ਧਿਆਨ ਲਗਾਏ ਕਰ ਪੀਰ ਚੰਗੀ ਤਰ੍ਹਾਂ ਵੇਖਦਾ ਪਹਿਲਾਂ ਬਾਬੇ ਨੂੰ ਐਵੇਂ ਨਹੀਂ ਜਾ ਕੇ ਉਹਦੇ ਲਾਗੇ ਬੈਠ ਗਿਆ ਹਵਾਲੇ ਤੇ ਵੀ ਨੇ ਕਿ ਪੀਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਦਮਾਂ ਦੇ ਉੱਤੇ ਹੱਥ ਲਾ ਦਿੱਤਾ ਸੀ ਮਤਲਬ ਗੁਰਨਾਨਕ ਨੂੰ ਆਪਣਾ ਇਸ਼ਟ ਮੰਨ ਲਿਆ ਵੇਖਿਆ ਧਿਆਨ ਲਗਾਏ ਕਰ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਵੇਖਦਾ ਹੈ ਕੀ ਹੈ ਇੱਕ ਫਕੀਰ ਵੱਡਾ ਮਸਤਾਨਾ ਵੀ ਬਾਬਾ ਫਕੀਰ ਤੇ ਹੈ ਇੱਕ ਆਪਣੇ ਆਪ ਨੂੰ ਫਕੀਰ ਤੇ ਸਵਾਉਂਦਾ ਸਦਵਾਉਂਦਾ ਹੈ ਪਰ ਨਾਲ ਕੀ ਹੈ ਉਹ ਮਸਤਾਨਾ ਫਕੀਰ ਹੈ ਮਸਤ ਫਕੀਰ ਹੈ ਉਹ ਏਦਾਂ ਦਾ ਫਕੀਰ ਨਹੀਂ ਹੈ ਜਿਹਨੂੰ ਦੁਨੀਆਂ ਦੇ ਉੱਤੇ ਆਸ ਹੈ ਉਹ ਏਦਾਂ ਦਾ ਫਕੀਰ ਹੈ ਦੁਨੀਆਂ ਨੂੰ ਜਿਹਦੀ ਆਸ ਹੈ ਮੈਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਫਕੀਰ ਉਹ ਨਹੀਂ ਜਿਹੜਾ ਲੋਕਾਂ ਦੇ ਵੱਲ ਵੇਖਦਾ ਫਕੀਰ ਉਹ ਹੈ ਜਿਹਦੇ ਵੱਲ ਦੁਨੀਆਂ ਵੇਖਦੀ ਹੈ بس ਇਨੀ ਕੀ ਖੇਡ ਹੈ ਜੇ ਸਾਡੇ ਵੱਲ ਦੁਨੀਆ ਵੇਖਦੀ ਪਈ ਹੈ ਤੇ ਮਾਰਕ ਨੇ ਕਿਣਕਾ ਦੇ ਦਿੱਤਾ ਹੈ ਤੇ ਜੇ ਅਸੀਂ ਦੁਨੀਆ ਵਾਲੀ ਭੱਜੇ ਫਿਰਦੇ ਆਂ ਤੇ ਅਜੇ ਅਸੀਂ ਕੁਝ ਵੀ ਨਹੀਂ ਹਾਂ ਉਹ ਕੋਈ ਵੀ ਫਕੀਰ ਹੋ ਸਕਦਾ ਹੈ ਦਾਤਾਰ ਕੀ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਇੱਕ ਫਕੀਰ ਇੱਕ ਤੇ ਬਾਬਾ ਹੈ ਫਕੀਰ ਕੋਈ ਚਾਹ ਨਹੀਂ ਕੋਈ ਲਾਲਚ ਨਹੀਂ ਵੱਡਾ ਮਸਤਾਨਾ ਤੇ ਦੂਜੇ ਨੰਬਰ ਦੇ ਉੱਤੇ ਹੈ ਬਿਲਕੁਲ ਮਸਤਾਨਾ ਹੈ ਪੁੱਛਿਆ ਫਿਰ ਕਹਿ ਦਸਤਗੀਰ ਹੌਲੀ ਹੌਲੀ ਨੇੜੇ ਆ ਕੇ ਬੈਠ ਜਾਂਦਾ ਪੀਰ ਦਸਤਗੀਰ ਪੀਰ ਦੀ ਗੱਲ ਸੁਣਾ ਉਹ ਆਮ ਬੰਦਾ ਨਹੀਂ ਹੈ ਪੁੱਛਿਆ ਫਿਰ ਕਹ ਦਸਤਗੀਰ ਫਿਰ ਦਸਤਗੀਰ ਪੀਰ ਨੇ ਪੁੱਛਿਆ ਕੌਣ ਫਕੀਰ ਕਿਸ ਕਾ ਕਰਿਆ ਨਾ ਇਸ ਸਭਾਵਿਕ ਜੀ ਗੱਲ ਹੁੰਦੀ ਹੈ ਜਿੱਦਾਂ ਅੱਜ ਅਸੀਂ ਪੜ੍ਹਦੇ ਆ ਨਾ ਕਿ ਕਿਤੇ ਜੌਬ ਲੱਗਣੀ ਹੋਵੇ ਇੰਟਰਵਿਊ ਹੋਣੀ ਹੋਵੇ ਉਹ ਤੋਂ ਪਹਿਲਾਂ ਪੁੱਛਦੇ ਵੀ ਕਿਹੜੇ ਸੈਕਟਰ ਦੇ ਵਿੱਚ ਪੜ ਕੇ ਆਇਆ ਤੂੰ ਕਿਹੜੇ ਕਾਲਜ ਦੇ ਤੂੰ ਵਿੱਚੋਂ ਪਾਸ ਆਊਟ ਹੋਇਆ ਉਹ ਹਰੇ ਸਾਰੀਆਂ ਥਾਵਾਂ ਤੇ ਇਦਾਂ ਪੀਰਾਂ ਫਕੀਰਾਂ ਨੂੰ ਵੀ ਆਦਤ ਹੁੰਦੀ ਹੈ ਕਿ ਕਿਥੋਂ ਪੜਿਆ ਤੂੰ ਕਿਹੜਾ ਤੇਰਾ ਗੁਰੂ ਕਿਹੜਾ ਤੇਰਾ ਮੁਰਸ਼ਿਦ ਕਿਹੜਾ ਤੇਰਾ ਘਰਾਣਾ ਇੱਕ ਘਰਾਣੇ ਚੱਲਦੇ ਹੁੰਦੇ ਨੇ ਘਰਾਣਾ ਸਮਝਦੇ ਜੇ ਉਹ ਪੰਜਾਬੀ ਦਾ ਹੀ ਲਫ਼ਜ਼ ਹੈ ਤੁਸੀਂ ਸਮਝਦੇ ਵੀ ਹੋਵੋਗੇ ਜਿਹਦੇ ਵਿੱਚ ਨਾ ਇੱਕ ਆਪਣਾ ਆਪਣਾ ਇੱਕ ਸਿਲਸਿਲਾ ਹੁੰਦਾ ਹੈ ਵੀ ਆ ਇਹਦੇ ਨਾਲ ਸੰਬੰਧ ਰੱਖਦਾ ਹੈ ਈਵਨ ਕਿ ਸੰਗੀਤ ਦੀ ਦੁਨੀਆ ਦੇ ਵਿੱਚ ਵੀ ਘਰਾਣੇ ਨੇ ਵੀ ਇਹ ਪੰਜਾਬ ਘਰਾਣੇ ਤੋਂ ਸਿੱਖਿਆ ਹੈ ਲਖਨਊ ਤੋਂ ਸਿੱਖਿਆ ਹੈ ਇਹ ਦਿੱਲੀ ਘਰਾਣੇ ਤੋਂ ਸਿੱਖਿਆ ਹੈ ਉਹਦੇ ਵਿੱਚ ਥੋੜਾ ਬਹੁਤਾ ਫਰਕ ਹੁੰਦਾ ਹੈ ਇਹ ਪੁੱਛਿਆ ਜਾਂਦਾ ਹੈ ਕਿਉਂਕਿ ਉਹ ਬੇਪੀਰਾ ਬੰਦਾ ਬੁਰਾ ਮੰਨਿਆ ਜਾਂਦਾ ਹੈ ਜਿਹਦਾ ਕੋਈ ਪੀਰ ਨਾ ਨਾ ਹੋਵੇ ਜਿਹਦਾ ਕੋਈ ਗੁਰੂ ਨਾ ਹੋਵੇ ਉਹਨੂੰ ਬੁਰਾ ਮੰਨਿਆ ਜਾਂਦਾ ਹੈ ਈਵਨ ਕਿ ਉਹਦਾ ਤਾਂ ਨਾਮ ਵੀ ਨਹੀਂ ਲਿਆ ਜਾਂਦਾ ਵੀ ਮੈਂ ਇਹਨਾਂ ਗੁਰੇ ਬੰਦੇ ਦਾ ਨਾਮ ਕਿਉਂ ਲਵਾਂ ਆਪਣੀ ਜ਼ੁਬਾਨ ਦੇ ਉੱਤੇ ਬੇਪੀਰਾ ਬੰਦਾ ਜਿਹਦਾ ਕੋਈ ਪੀਰ ਨਹੀਂ ਗੁਰੂ ਨਹੀਂ ਉਹਨੂੰ ਬੜਾ ਬੁਰਾ ਮੰਨਿਆ ਜਾਂਦਾ ਹੈ ਦਸਤਗੀਰ ਪੀਰ ਨੇ ਪੁੱਛਿਆ ਪਿਪਾਈ ਤੇਰਾ ਗੁਰੂ ਕੌਣ ਹੈ ਕੌਣ ਫਕੀਰ ਤੂੰ ਕਿਸ ਬਰਾਦਰੀ ਦੇ ਨਾਲ ਸੰਬੰਧ ਰੱਖਣ ਵਾਲਾ ਫਕੀਰ ਹੈ ਕਿਸ ਕਾ ਘਰਿਆਣਾ ਤੇਰਾ ਘਰਾਣਾ ਕਿਹੜਾ ਹੈ ਵੀ ਤੇਰਾ ਸੰਬੰਧ ਕਿਹਦੇ ਨਾਲ ਹੈ ਤੇ ਅੱਗੋਂ ਫਿਰ ਜਵਾਬ ਕੀ ਆਇਆ ਬਾਬੇ ਨੇ ਇਹ ਨਹੀਂ ਆਖਿਆ ਕਿ ਮੈਂ ਉਹਨਾਂ ਦੇ ਨਾਲ ਜੁੜਿਆ ਤੇ ਇਹਨਾਂ ਦੇ ਨਾਲ ਜੁੜਿਆ ਹਜ਼ੂਰ ਕਹਿੰਦੇ ਨੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ ਦਾਤਾਰ ਗੁਰੂ ਨਾਨਕ ਸਹਿਬ ਮਹਾਰਾਜੀ ਦੇ ਬਾਰੇ ਕਹਿੰਦੇ ਬਾਬੇ ਨੇ ਕਿਹਾ ਕਿ ਭਾਈ ਸੰਸਾਰ ਦੇ ਵਿੱਚ ਮੈਂ ਆਇਆ ਹਾਂ ਨਾਮ ਨਾਨਕ ਹੈ ਇਹ ਤੇ ਪਰਿਵਾਰਿਕ ਨਾਮ ਹੋ ਗਿਆ ਨਾ ਨਾਨਕ ਇਸ ਸੰਸਾਰ ਦੇ ਵਿੱਚ ਆਇਆ ਹੈ ਤੇ ਉਹਨੇ ਕੀ ਕੀਤਾ ਹੈ ਰੱਬ ਫਕੀਰ ਇੱਕੋ ਪਹਿਚਾਨਾ ਇਹ ਇਹੋ ਜਿਹਾ ਫਕੀਰ ਹੈ ਜਿਨੇ ਇੱਕੋ ਰੱਬ ਨੂੰ ਹੀ ਪਹਿਚਾਣਿਆ ਹੈ ਜਿਨੇ ਹੋਰ ਕਿਸੇ ਨੂੰ ਨਹੀਂ ਪਹਿਚਾਣਿਆ ਜਿਹੜਾ ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ ਵੀ ਉਹ ਇਹਦੇ ਪਿੱਛੇ ਚੱਲਦਾ ਤੇ ਮੈਂ ਉਹਦੇ ਆਖੇ ਲੱਗ ਜਾਵਾਂ ਵੇਖੋ ਮਹਾਰਾਜ ਨੇ ਬੜਾ ਸੌਖਾ ਜਿਹਾ ਕਿਹਾ ਹੈ ਜਿੱਥੇ ਗੱਲ ਚੰਗੀ ਲੱਭਦੀ ਏ ਉਹਦੇ ਕੋਲੋਂ ਸਿੱਖਿਆ ਲੈ ਲਓ ਜਿੱਥੇ ਨਹੀਂ ਲੱਭਦੀ ਉੱਥੇ ਪਰੇ ਛੱਡ ਜਾਵੋ ਬਸ ਇੰਨੀ ਕੁ ਖੇਡ ਆ ਕਿਸੇ ਦੇ ਪਿੱਛੇ ਨਹੀਂ ਲੱਗਣਾ ਇਦਾਂ ਨਹੀਂ ਵੀ ਅੱਖਾਂ ਮੀਟ-ਮੀਟ ਕੇ ਤੁਰੇ ਗਏ ਬਾਬਾ ਨਹੀਂ ਇਦਾਂ ਤੁਰਦਾ ਤੇ ਨਾ ਹੀ ਸਾਨੂੰ ਤੁਰਨ ਦਿੰਦਾ ਹੈ ਰੱਬ ਫਕੀਰ ਇੱਕੋ ਪਹਿਚਾਨਾ ਇਹ ਏਦਾਂ ਦਾ ਫਕੀਰ ਹੈ ਜਿਨੇ ਇੱਕੋ ਰੱਬ ਨੂੰ ਪਹਿਚਾਣ ਲਿਆ ਹੈ ਤੇ ਫਿਰ ਕਿਦਾਂ ਹੈ ਤਰਤ ਆਕਾਸ਼ ਚਹੂ ਦਿਸ ਜਾਨਾ ਉਹ ਜਿਹੜਾ ਰੱਬ ਜਿਹੜਾ ਹਰ ਪਾਸੇ ਵਿਆਪਕ ਹੈ ਉਹ ਏਦਾਂ ਨਹੀਂ ਵੀ ਇਧਰ ਨੂੰ ਮੂੰਹ ਕਰਕੇ ਇਬਾਦਤ ਕਰੋ ਤੇ ਰੱਬ ਦਾ ਘਰ ਇਧਰ ਨੂੰ ਹੋ ਗਿਆ ਨਹੀਂ ਧਰਤੀ ਦੇ ਵਿੱਚ ਆਕਾਸ਼ ਦੇ ਵਿੱਚ ਹਰ ਸਾਰੇ ਪਾਸੇ ਉਸ ਰੱਬ ਨੂੰ ਪਹਿਚਾਣਿਆ ਹੈ ਨਾ ਉਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਅਜੇ ਇੰਨੀ ਕੀ ਗੱਲ ਹੋਈ ਤੇ ਪੀਰ ਦਸਤਗੀਰ ਨੇ ਸਵਾਲ ਕਰ ਦਿੱਤਾ ਇਹ ਵੀ ਵੈਸੇ ਸੋਚਣ ਵਾਲੀ ਗੱਲ ਹੈ ਪਰ ਵੀਰ ਸਿੰਘ ਕਹਿੰਦੇ ਵੀ ਚੇਲੇ ਤੇ ਬਣ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਦੇ ਪਰ ਸਵਾਲ ਨਹੀਂ ਸੀ ਮੁੱਕਦੇ ਹੁੰਦੇ ਤੇ ਸਵਾਲ ਮੁਕਣੇ ਵੀ ਨਹੀਂ ਚਾਹੀਦੇ ਸਵਾਲ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਰ ਲੈਂਦੇ ਹੁੰਦੇ ਸੀ ਤੇ ਸਵਾਲ ਕੀ ਆਇਆ ਜਦੋਂ ਪਤਾ ਲੱਗ ਗਿਆ ਵੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਤੇ ਗੱਲ ਕੀਤੀ ਹੈ ਬੇਅੰਤਤਾ ਦੀ ਫਿਰ ਰੱਬ ਕਿੰਨਾ ਬੇਅੰਤ ਹੈ ਇਹੀ ਜ਼ਿਆਦਾ ਪੰਕਤੀ ਦੀ ਗੱਲ ਆਉਂਦੀ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਦੀ ਸਾਡਾ ਇਥੋਂ ਇਸਲਾਮੀ ਪਰੰਪਰਾ ਦੇ ਨਾਲੋਂ ਸੰਬੰਧ ਵੱਖਰਾ ਹੋ ਜਾਂਦਾ ਹੈ ਉਹ ਸੱਤ ਦੀ ਗੱਲ ਕਰਦੇ ਨੇ ਇੱਥੇ ਅਸੰਖ ਦੀ ਗੱਲ ਹੈ ਕਿ ਗਿਣਤੀ ਹੀ ਨਹੀਂ ਕੋਈ ਕਿਸੇ ਪਾਸੇ ਤੋਂ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਅ ਜਿਹੜਾ ਹੈ ਅਤਾਈ ਦਾ ਮਤਲਬ ਹੁੰਦਾ ਹੈ ਪੂਰਨ ਕਲਾ ਵਾਲਾ ਮਤਲਬ ਬੜਾ ਤਾਕਤਵਰ ਪੀਰ ਜਿਹੜਾ ਹੈ ਨਾ ਤਕਰਾਰ ਦਾ ਮਤਲਬ ਹੋ ਗਿਆ ਝਗੜਾ ਵੀ ਪੀਰ ਜਿਹੜਾ ਹੈ ਉਹ ਕਿਤੇ ਗੁੱਸੇ ਦੇ ਵਿੱਚ ਆ ਕੇ ਜਾਂ ਕਿਤੇ ਕਿਤੇ ਇਦਾਂ ਕਹਿ ਲੀਏ ਵੀ ਆਪਣੇ ਆਪ ਨੂੰ ਝੂਠਾ ਨਹੀਂ ਪੈਣ ਦੇਣਾ ਚਾਹੁੰਦਾ ਤੇ ਉਹ ਆ ਕੇ ਆਂਦਾ ਹੈ ਪੁੱਛੇ ਪੀਰ ਤਕਰਾਰ ਕਰ ਪੀਰ ਆ ਕੇ ਇਸ ਗੱਲ ਨੂੰ ਪੁੱਛਦਾ ਹੈ ਇਹ ਫਕੀਰ ਵੱਡਾ ਅਤਾਈ ਵੀ ਇਹਨੇ ਤੇ ਬੜੀ ਕਮਾਲ ਦੀ ਗੱਲ ਕਰ ਦਿੱਤੀ ਹੈ ਇਹ ਤੇ ਬੜਾ ਵੱਡਾ ਪੁਰਸ਼ ਲੱਗਦਾ ਹੈ ਕਿਹੜੀ ਗੱਲ ਕੀਤੀ ਹੈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਵੀ ਇਸ ਬਗਦਾਦ ਦੇ ਵਿੱਚ ਇਹਨੇ ਬੜੀ ਵੱਡੀ ਖੇੜ ਵਰਤਾ ਦਿੱਤੀ ਹੈ ਮਤਲਬ ਕੋਈ ਆਮ ਦੀ ਗੱਲ ਤੇ ਨਹੀਂ ਹੋਵੇਗੀ ਵੀ ਜਿਹਨੂੰ ਲੋਕ ਮਾਰਨ ਦੇ ਲਈ ਆਉਂਦੇ ਨੇ ਤੇ ਲੋਕ ਮਾਰ ਨਹੀਂ ਪਾਉਂਦੇ ਜਾਂ ਜਿਨ੍ਹਾਂ ਦੀ ਗੱਲ ਸੁਣਨ ਦੇ ਲਈ ਲੋਕ ਇੱਕਦਮ ਤਿਆਰ ਹੋ ਜਾਂਦੇ ਨੇ ਔਰ ਜਿਹੜੀ ਗੱਲ ਕਰਦਾ ਹੈ ਉਹ ਵੀ ਇਸਲਾਮੀ ਪਰੰਪਰਾ ਤੋਂ ਵੱਖਰੀ ਗੱਲ ਕਰਦਾ ਹੈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ ਦਿਖਲਾਈ ਪਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਵੀ ਇਹ ਤੇ ਅੰਤ ਦੀ ਗੱਲ ਇਹ ਸੁਣਾ ਦਿੱਤੀ ਹੈ ਵੀ ਬਾਬਾ ਤੇ ਕਹਿੰਦਾ ਹੈ ਲਖ ਪਤਾਲ ਨੇ ਤੇ ਲਖ ਆਕਾਸ਼ ਨੇ ਇਹ ਤੇ ਸੱਤਾਂ ਦੀ ਗੱਲ ਹੀ ਨਹੀਂ ਕਰਦਾ ਇਹ ਤੇ ਸ਼ਰਾ ਤੋਂ ਉਲਟ ਗੱਲ ਕਰਦਾ ਪਿਆ ਹੈ ਔੜਕ ਭਾਲੀ ਖਬਰ ਸੁਣਾਈ ਫੇਰ ਦੁਰਾਇਣ ਦਸਤਗੀਰ ਅਸਾਂ ਵੀ ਵੇਖਾਂ ਜੋ ਤੁਹੇ ਪਾਈ ਤੇ ਕਹਿੰਦੇ ਨੇ ਪੀਰ ਦਸਤਗੀਰ ਨੇ ਮਹਾਰਾਜ ਨੂੰ ਕਿਹਾ ਵੀ ਬਾਬਾ ਅਸੀਂ ਤੇ ਸੱਤ ਮੰਨਦੇ ਆਂ ਤੂੰ ਕਹਿੰਨਾ ਹੈ ਵੀ ਲੱਖਾਂ ਨੇ ਉਹ ਇਹ ਵੇਖੇ ਹੀ ਆ ਕਿ ਐਵੇਂ ਬਸ ਬੋਲ ਦਿੱਤੇ ਨੇ ਇਹ ਭਾਈ ਵੀਰ ਸਿੰਘ ਦਾ ਹਵਾਲਾ ਹੈ ਕਹਿੰਦੇ ਵੀ ਤੂੰ ਵੇਖੇ ਵੀ ਨਹੀਂ ਕਿ ਬਸ ਐਵੇਂ ਬੋਲ ਦਿੱਤੇ ਨੇ ਕਿ ਤੇਰਾ ਅੰਦਾਜ਼ਾ ਹੀ ਹੈ ਤੇ ਮਹਾਰਾਜ ਕੀ ਕਹਿੰਦੇ ਨੇ ਫੇਰ ਦੁਰਾਇਨ ਦਸਤਗੀਰ ਦਸਤਗੀਰ ਨੇ ਦੁਹਰਾਇਆ ਇਸ ਗੱਲ ਨੂੰ ਕੀ ਬੋਲਿਆ ਅਸਾਂ ਅਸੀਂ ਵੀ ਵੇਖਾਂ ਵੀ ਅਸੀਂ ਵੀ ਇਸ चीज ਨੂੰ ਵੇਖੀ ਹੈ ਨਾ ਜਿਹੜੀ ਤੂੰ ਗੱਲ ਕਰਦਾ ਵੀ ਅਸੀਂ ਤੇ ਸੱਤ ਕਹਿੰਦੇ ਆ ਤੂੰ ਲੱਖਾਂ ਦੀ ਗੱਲ ਕਰਦਾ ਅਸਾਂ ਅਸੀਂ ਵੀ ਵੇਖਾਂ ਜੋ ਤੋਹੇ ਪਾਈ ਜਿਹੜੀ ਦਾਤ ਤੇਰੇ ਕੋਲ ਹੈ ਸਾਨੂੰ ਵੀ ਦਿਖਾ ਦੇ ਨਾ ਚਲੋ ਇੰਨੇ ਕ ਸਾਖੀ ਨੂੰ ਅਸੀਂ ਵਿਚਾਰ ਲਈਏ ਜੋ ਅਰਥਾਂ ਦੇ ਵਿੱਚ ਹੈ ਉਹ ਜ਼ਿਆਦਾ ਇਦਾਂ ਕਲੀਅਰ ਜ਼ਿਆਦਾ ਹੋ ਜੂਗੀ ਗੱਲਬਾਤ ਕਰਦਿਆਂ ਕਰਦਿਆਂ ਜਿਹੜੀ ਹੈ ਉਹ ਇੱਥੇ ਤੱਕ ਗੱਲ ਪਹੁੰਚ ਗਈ ਆਜੋ ਸਵਾਲ ਸਾਡੇ ਸਾਹਮਣੇ ਆ ਗਿਆ ਤੇ ਜਿਹੜੀ ਇਹ ਚਰਚਾ ਚੱਲਦੀ ਪਈ ਹੈ ਨਾ ਪੀਰ ਦਸਤਗੀਰ ਦਾ ਬੇਟਾ ਉਹਦੇ ਲਾਗੇ ਹੈ ਇਹ ਸਾਰੇ ਗੱਲਾਂ ਬਾਤਾਂ ਸੁਣਦੇ ਪਏ ਨੇ ਵੀ ਬਾਬੇ ਦੀਆਂ ਤੇ ਪੀਰ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਗੱਲਬਾਤ ਕਰਦਿਆਂ ਕਰਦਿਆਂ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਵੀ ਉਹਦੇ ਜਵਾਬ ਸੀ ਉਹ ਜਵਾਬ ਦਿੱਤੇ ਤੇ ਅੰਤ ਦੇ ਵਿੱਚ ਇੱਥੇ ਆ ਕੇ ਗੱਲ ਰੁਕ ਗਈ ਵੀ ਐਦਾਂ ਨਹੀਂ ਅਸੀਂ ਮੰਨਦੇ ਸਾਨੂੰ ਯਕੀਨ ਦਵਾ ਪੀ ਤੂੰ ਕਹਿੰਦਾ ਹੈ ਲਖੈ ਸਿੰਘ ਕਹਿੰਦੇ ਆ ਸਤ ਹੈ ਤੇ ਤੇਰੀ ਗੱਲ ਏਦਾਂ ਕਿਦਾਂ ਮੰਨ ਲਈਏ ਸਾਨੂੰ ਯਕੀਨ ਦਿਵਾ ਤੇ ਉਹ ਕਹਿੰਦੇ ਸੀ ਕਿ ਲਾਗੇ ਨਾ ਜਿਹੜਾ ਪੀਰ ਦਾ ਬੇਟਾ ਬੈਠਾ ਸੀ ਨਾ ਉਹਨੇ ਇਹ ਗੱਲ ਕਹਿ ਦਿੱਤੀ ਪੀ ਬਾਬੇ ਨਾਨਕ ਨੂੰ ਪੀ ਤੂੰ ਕਹਿ ਰਿਹਾ ਪੀ ਲਖ ਨੇ ਚੱਲ ਮੈਨੂੰ ਦਿਖਾ ਦੇ ਤੇ ਪੀਰ ਦਾ ਪਿਤਾ ਜਿਹੜਾ ਦਸਤਗੀਰ ਪੀਰ ਸੀ ਬੱਚੇ ਦਾ ਪਿਤਾ ਉਹ ਕਹਿੰਦਾ ਪੀ ਠੀਕ ਆ ਤੂੰ ਮੇਰੇ ਬੱਚੇ ਦੀ ਨਿਸ਼ਾ ਕਰਾ ਦੇ ਮਤਲਬ ਮੇਰੇ ਬੱਚੇ ਨੂੰ ਦਰਸ਼ਨ ਕਰਾ ਦੇ ਸਾਰਾ ਕੁਝ ਮੈਂ ਇਹਦੇ ਬੋਲਾਂ ਤੇ ਯਕੀਨ ਕਰ ਲਵਾਂਗਾ ਲਿਖਤਾ ਨੇ ਮੈਂ ਇਸ ਕਰਕੇ ਆਪ ਜੀ ਦੇ ਕਿ ਭਾਈ ਵੀਰ ਸਿੰਘ ਹੁਣਾਂ ਨੇ ਬੋਲਿਆ ਹੈ ਗੁਰੂ ਨਾਨਕ ਸਾਹਿਬ ਇੱਥੇ ਤੁਹਾਨੂੰ ਇੱਕ ਵੱਖਰਾ ਗੁਰੂ ਨਾਨਕ ਸਾਹਿਬ ਨਜ਼ਰ ਆਵੇਗਾ ਜਿਹੜਾ ਆਮ ਜੀਆਂ ਪੜਾਈਆਂ ਤੋਂ ਉੱਤੇ ਹੈ ਜਿਹੜਾ ਕਿਤਾਬਾਂ ਦੀ ਪੜਾਈ ਤੋਂ ਉੱਤੇ ਹੈ ਜਿਹਦੇ ਸਰੀਰਾਂ ਦੇ ਵਿੱਚ ਇੰਨੀ ਤਾਕਤ ਹੈ ਵੀ ਜਿਹਦੇ ਚੱਲਣ ਦੇ ਨਾਲ ਥਾਨ ਸੋਹਣੇ ਹੋ ਜਾਂਦੇ ਨੇ ਉਹ ਕਹਿੰਦੇ ਨੇ ਇਹ ਜਨਮ ਇਹ ਭਾਈ ਮਨੀ ਸਿੰਘ ਹੁਣਾਂ ਦੀ ਜਨਮ ਸਾਖੀ ਦਾ ਹਵਾਲਾ ਹੈ ਗੁਰੂ ਨਾਨਕ ਸਾਹਿਬ ਦੇ ਬਾਰੇ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੀਰ ਦੇ ਬੱਚੇ ਦਾ ਹੱਥ ਫੜਿਆ ਬਸ ਤੇ ਉਹਨੂੰ ਕਹਿੰਦੇ ਵੀ ਅੱਖਾਂ ਮੀਟ ਲੈ ਇਹਨੂੰ ਧਿਆਨ ਦੇ ਨਾਲ ਸੁਣਿਆ ਬਾਦ ਦੇ ਵਿੱਚ ਇਹ ਨਾ ਹੋਵੇ ਵੀ ਅਰਥਾਂ ਦੇ ਵਿੱਚ ਖੁਦ ਹੀ ਫਸ ਜਾਈਏ ਇਹ ਦਿੱਕਤ ਪੈਦਾ ਹੋ ਜਵੇਗੀ ਛੋਟੀਆਂ ਛੋਟੀਆਂ ਤੰਦਾ ਹੁੰਦੀਆਂ ਨੇ ਉਹ ਨਿਕਲ ਜਾਣ ਤੇ ਅਰਥ ਹੋਰ ਹੀ ਘੁੰਮਣ ਲੱਗ ਪੈਂਦੇ ਨੇ ਇਸ ਕਰਕੇ ਮੈਂ ਬੇਨਤੀ ਜ਼ਰੂਰ ਕਰਾਂਗਾ ਉਹ ਕਹਿੰਦੇ ਵੀ ਹੱਥ ਫੜ ਲੈ ਉਹ ਮਹਾਰਾਜ ਜੀ ਨੇ ਉਹਦਾ ਹੱਥ ਫੜਿਆ ਨਾ ਅਜੇ ਜਦੋਂ ਤੇ ਕਹਿੰਦੇ ਵੀ ਅੱਖਾਂ ਮੀਟ ਲੈ ਬਸ ਅੱਖਾਂ ਬੰਦ ਕੀਤੀਆਂ ਆਪ ਜੀ ਜਾਣਦੇ ਹੋ ਇਸ ਗੱਲ ਨੂੰ ਦੋ ਤਰੀਕਿਆਂ ਦੇ ਨਾਲ ਅਸੀਂ ਸਫਰ ਕਰਦੇ ਹਾਂ ਇੱਕ ਸਾਡਾ ਸੁਰਤ ਪੈਂਡਾ ਕਰਦੀ ਹੈ ਸੁਰਤ ਸਫਰ ਕਰਦੀ ਹੈ ਇੱਕ ਸਾਡਾ ਸਰੀਰ ਪੈਂਡਾ ਕਰਦਾ ਹੈ ਸਰੀਰ ਨੇ ਸਫਰ ਕਰਨਾ ਹੋਵੇ ਤੇ ਸਾਨੂੰ ਟਾਈਮ ਚਾਹੀਦਾ ਹੈ ਮਤਲਬ ਵਾਹਿਗੁਰੂ ਮਾਫ ਕਰਿਓ ਸਾਨੂੰ ਸਪੇਸ ਚਾਹੀਦਾ ਹੈ ਸਰੀਰ ਨੇ ਸਫਰ ਕਰਨਾ ਸਾਨੂੰ ਸਪੇਸ ਚਾਹੀਦਾ ਹੈ ਤੁਸੀਂ ਘਰ ਦੇ ਵਿੱਚੋਂ ਇੱਥੇ ਆਏ ਜੇ ਤੇ ਇੱਕ ਸਪੇਸ ਤੈਅ ਕਰਕੇ ਆਏ ਜੇ ਇੱਕ ਪੈਂਡਾ ਸਰ ਕਰਕੇ ਤੇ ਫਿਰ ਇੱਥੇ ਪਹੁੰਚੇ ਜੇ ਸਪੇਸ ਹੈ ਨਾ ਇੱਥੋਂ ਤੇ ਤੁਹਾਡੇ ਘਰ ਦੇ ਵਿੱਚ ਸਰੀਰ ਨੂੰ ਸਪੇਸ ਚਾਹੀਦੀ ਹੈ ਕਿਤੇ ਆਉਣਾ ਜਾਣਾ ਹੋਵੇ ਸੁਰਤ ਨੂੰ ਸਪੇਸ ਨਹੀਂ ਚਾਹੀਦੀ ਸੁਰਤ ਨੂੰ ਟਾਈਮ ਚਾਹੀਦਾ ਹੈ ਬਸ ਹੁਣ ਸਾਡੀ ਸੁਰਤ ਬਾਹਰ ਚਲੀ ਜਾਵੇਗੀ ਤੇ ਜਦੋਂ ਵਾਪਸ ਆਵੇਗੀ ਕਿਹੜੀ चीज ਸਾਡੇ ਤੋਂ ਮਾਈਨਸ ਹੋ ਜਾਵੇਗੀ ਸਾਡਾ ਟਾਈਮ ਸਾਡਾ ਟਾਈਮ ਹੀ ਘਟਿਆ ਹੋਵੇਗਾ ਸਰੀਰ ਤਾਂ ਇੱਥੇ ਬੈਠਾ ਸੀ ਸੁਰਤ ਦੇ ਲਈ ਇੱਕ ਚੀਜ਼ ਘਟਦੀ ਹੈ ਉਹ ਹੁੰਦਾ ਹੈ ਟਾਈਮ ਸੁਰਤ ਦਾ ਸਬੰਧ ਸਾਡੇ ਟਾਈਮ ਦੇ ਨਾਲ ਹੈ ਸਰੀਰ ਦਾ ਸਬੰਧ ਸਪੇਸ ਦੇ ਨਾਲ ਹੈ ਹੁਣ ਇਥੋਂ ਗੱਲ ਸਾਡੀ ਪਕੜ ਦੇ ਵਿੱਚ ਆ ਜਾਣੀ ਚਾਹੀਦੀ ਹੈ ਜਦੋਂ ਮਹਾਰਾਜ ਨੇ ਉਹਦਾ ਹੱਥ ਫੜਿਆ ਤਾਂ ਕਹਿੰਦੇ ਅੱਖਾਂ ਬੰਦ ਕਰ ਲੈ ਤੇ ਇੱਥੇ ਇਹ ਨਹੀਂ ਸੀ ਕਿ ਮਹਾਰਾਜ ਉਹਨੂੰ ਸਪੇਸ ਦੇ ਵਿੱਚ ਲੈ ਕੇ ਗਏ ਨੇ ਵੀ ਨਾਲ ਲੈ ਕੇ ਉੱਡ ਗਏ ਇਦਾਂ ਦੀ ਖੇਡ ਨਹੀਂ ਸੀ ਉਹਦੇ ਲਈ ਤਾਂ ਟਾਈਮ ਚਾਹੀਦਾ ਹੈ ਨਾ ਉਹਦੀ ਬਸ ਹੱਥ ਫੜਨ ਦੇ ਉੱਤੇ ਇਦਾਂ ਕਹਿ ਲਈਏ ਕਿ ਬਾਬੇ ਦੇ ਸਰੀਰ ਦੇ ਵਿੱਚ ਜਿਹਦੀਆਂ ਅੱਖਾਂ 'ਚ ਇੰਨੀ ਤਾਕਤ ਹੈ ਉਹਦੇ ਹੱਥਾਂ 'ਚ ਕਿੰਨੀ ਤਾਕਤ ਹੋਵੇਗੀ ਮੈਂ ਤੇ ਇਹਨੂੰ ਇਦਾਂ ਸਮਝਦਾ ਹੁੰਨਾ ਹਾਂ ਯਕੀਨ ਕਿਸੇ ਨੂੰ ਨਹੀਂ ਜੇ ਮੈਂ ਕਰਾ ਸਕਦਾ ਪਰ ਮੈਂ ਦੱਸ ਸਕਦਾ ਜੇ ਵੀ ਬਾਬੇ ਨੂੰ ਇਸ ਪਾਸੇ ਤੋਂ ਵੀ ਸੋਚ ਲਿਓ ਉਹ ਆਮ ਜਾਂ ਮਨੁੱਖ ਨਹੀਂ ਹੈ ਉਹ ਆਮ ਜਿਹਾ ਬੰਦਾ ਨਹੀਂ ਹੈ ਉਹ ਬੰਦਿਆਂ ਤੋਂ ਉੱਤੇ ਹੈ ਉਹ ਸਿਰਫ ਸਕੂਲਾਂ ਦੇ ਵਿੱਚ ਪੜਾਉਣ ਵਾਲਾ ਮਾਸਟਰ ਜਿਹਾ ਨਹੀਂ ਹੈ ਵੀ ਜਿੰਨੇ ਚਾਰ ਗੁਰਬਾਣੀ ਦੀਆਂ ਪੰਕਤੀਆਂ ਦੱਸ ਦਿੱਤੀਆਂ ਤੇ ਐਡਵੈਂਟਿਜ ਦਾ ਟੀਚਰ ਬਣ ਗਿਆ ਉਹ ਐਡਵੈਂਟਿਜ ਦਾ ਟੀਚਰ ਨਹੀਂ ਹੈ ਉਹ ਗੁਰੂ ਹੈ ਗੁਰੂ ਦਾ ਮਤਲਬ ਹੀ ਕੁਝ ਹੋਰ ਹੁੰਦਾ ਹੈ ਸਾਡੇ ਬੋਲਾਂ ਦੇ ਵਿੱਚ ਅਜੇ ਗੁਰੂ ਦੇ ਅਰਥ ਹੈ ਹੀ ਨਹੀਂ ਨੇ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਗੁਰੂ ਦੇ ਬਾਰੇ ਕੀ ਪਤਾ ਉਹ ਤੇ ਮੜ ਦੇ ਟੀਚਰ ਸਮਝਦੇ ਨੇ ਵੀ ਜਿੱਦਾਂ ਪ੍ਰੋਫੈਸਰ ਪੜਾ ਆ ਗਿਆ ਓਦਾਂ ਗੁਰੂ ਪੜਾ ਆ ਗਿਆ ਗੁਰੂ ਇਦਾਂ ਦਾ ਨਹੀਂ ਹੁੰਦਾ ਗੁਰੂ ਕੁਝ ਹੋਰ ਹੈ ਉਹਨੂੰ ਸਿਰਫ ਜੀਵਿਆ ਜਾ ਸਕਦਾ ਹੈ ਉਹਨੂੰ ਬੋਲਿਆ ਘਟ ਜਾ ਸਕਦਾ ਹੈ ਉਹਦੀ ਸੁਰਤ ਜਿਹੜੀ ਹੈ ਨਾ ਉਹ ਜਾਗ ਪਈ ਉਹ ਨੇਚਰ ਦੇ ਵਿੱਚ ਹੀ ਇਹ ਬੜੀਆਂ ਸਾਖੀਆਂ ਦੇ ਵਿੱਚ ਹਵਾਲੇ ਨੇ ਵੀ ਮਹਾਰਾਜ ਨੂੰ ਟੱਚ ਕਰਦੇ ਨੇ ਤੇ ਬਸ ਜ਼ਿੰਦਗੀ ਦੀ ਖੇਡ ਬਦਲ ਜਾਂਦੀ ਹੈ ਉਹਦੀ ਸੁਰਤ ਜਾਗ ਪਈ ਤੇ ਅਜੇ ਭਾਈ ਵੀਰ ਸਿੰਘ ਕਹਿੰਦੇ ਵੀ ਅਜੇ ਤੇ ਨਾ ਜਦੋਂ ਉਹਨੂੰ ਉਹਨੂੰ ਇੰਝ ਲੱਗਾ ਵੀ ਮੈਂ ਪੈਂਡਾ ਕਰਦਾ ਪਿਆ ਹੁਣ ਤੁਸੀਂ ਇੱਥੇ ਅੱਖਾਂ ਮੀਟ ਕੇ ਬੈਠੋ ਵੀ ਮੈਂ ਘੁੰਮਦਾ ਪਿਆ ਹਾਂ ਤੇ ਭਾਵੇਂ ਹਵਾ ਦੇ ਵਿੱਚ ਘੁੰਮਣ ਲੱਗ ਪਓ ਤੁਹਾਨੂੰ ਤੁਸੀਂ ਵੀ ਤੇ ਕਰ ਸਕਦੇ ਜੀ ਸੁਰਤ ਨੂੰ ਜਿੱਥੇ ਮਰਜ਼ੀ ਲੈ ਜਾਓ ਤੇ ਬਾਬਾ ਉਹਦੀ ਸੁਰਤ ਨੂੰ ਕਮਾਂਡ ਕਰਦਾ ਪਿਆ ਹੈ ਉਸ ਵੇਲੇ ਉਹਦੀ ਸੁਰਤ ਜਿਹੜੀ ਹੈ ਨਾ ਉਹਨੂੰ ਇਹ ਲੱਗਾ ਵੀ ਮੈਂ ਆਕਾਸ਼ਾਂ ਦੇ ਵਿੱਚ ਘੁੰਮਦਾ ਪਿਆ ਹਾਂ ਬੱਚੀ ਨੇ ਜਦੋਂ ਉਹਨੇ ਕਈ ਆਕਾਸ਼ ਏਦਾਂ ਮਹਿਸੂਸ ਕਰ ਲਏ ਇਮੇਜਿਨ ਕਰ ਲੇ ਸਮਝ ਲੇ ਤੇ ਬਾਬਾ ਕਹਿੰਦਾ ਵੀ ਭਾਈ ਅਜਰ ਤੂੰ ਆਕਾਸ਼ ਹੀ ਵੇਖੇ ਨੇ ਅਜਰ ਤੂੰ ਧਰਤੀਆਂ ਵੇਖਣੀਆਂ ਨੇ ਅਜਰ ਤੂੰ ਆਕਾਸ਼ ਹੀ ਵੇਖਿਆ ਆਕਾਸ਼ ਦਾ ਮਤਲਬ ਉੱਪਰਲਾ ਹਿੱਸਾ ਤੇ ਧਰਤੀਆਂ ਥੱਲੇ ਵਾਲੀਆਂ ਤੇ ਸੁਰਤ ਦੀ ਨਾ ਇੱਕ ਪ੍ਰੋਬਲਮ ਹੁੰਦੀ ਹੈ ਸੁਰਤ ਜਿਆਦਾ ਚਿਰ ਕਿਸੇ ਪਾਸੇ ਲੱਗੀ ਰਹੇ ਨਾ ਥੱਕ ਜਾਂਦੀ ਹੈ ਯੋ ਤਾਂ ਸਰੀਰ ਅੱਕਦਾ ਨਾ ਇਹਦਾ ਸੁਰਤ ਵੀ ਅੱਕ ਜਾਂਦੀ ਹੈ ਵੀ ਕਿੰਨਾ ਕੁ ਚਿਰ ਧਿਆਨ ਲਾਈ ਜਾਵਾਂਗੇ ਲਗਾਤਾਰ ਅੱਖਾਂ ਦੇ ਸਾਹਮਣੇ ਕੋਈ ਤੇਜ਼ ਚੀਜ਼ ਲੰਘਦੀ ਰਹੇ ਤੇਜ਼ ਚੀਜ਼ ਲੰਘਦੀ ਰਹੇ ਅੱਖਾਂ ਥੱਕ ਜਾਂਦੀਆਂ ਨੇ ਅਕਸਰ ਵੇਖ ਲਿਓ ਤੁਸੀਂ ਇੱਕਦਮ ਫਾਸਟ ਚੀਜ਼ ਨਿਕਲਦੀ ਪਈ ਹੈ ਅੱਖਾਂ ਥੱਕ ਜਾਣਗੀਆਂ ਟ੍ਰੇਨ ਵੇਖ ਕੇ ਥੱਕ ਜਾਂਦੀਆਂ ਨੇ ਕਿਉਂਕਿ ਜਿੰਨੀ ਚੀਜ਼ ਨਿਕਲੇਗੀ ਉਹਨੀਆਂ ਅੱਖਾਂ ਨੂੰ ਖਿੱਚ ਦਿੱਕਤ ਤੇੜੀ ਅੰਦਰ ਸੁਰਤ ਚੱਲਦੀ ਪਈ ਅੰਦਰ ਵੀ ਉਹ ਕੋਈ ਚੱਲਦਾ ਪਿਆ ਹੁੰਦਾ ਹੈ ਉਹ ਜਦੋਂ ਉਹਨੇ ਵੇਖਿਆ ਵੀ ਅਜੇ ਆਕਾਸ਼ ਵੇਖੇ ਨੇ ਧਰਤੀਆਂ ਥੋੜੀਆਂ ਬਹੁਤੀਆਂ ਵੇਖੀਆਂ ਤੇ ਉਹਨੂੰ ਇੰਜ ਲੱਗਾ ਵੀ ਮੈਨੂੰ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਹੈ ਕਿਉਂਕਿ ਸੁਰਤ ਜਿਹੜੀ ਆ ਉਹ ਸਮੇਂ ਤੋਂ ਬਾਹਰ ਹੋ ਗਈ ਉਹਨੂੰ ਪਤਾ ਲੱਗਾ ਵੀ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਅਜੇ ਸਮਾਂ ਕੁਝ ਵੀ ਨਹੀਂ ਸੀ ਅਜੇ ਤਾਂ ਬਾਬੇ ਨੇ ਹਾਥੀ ਫੜਿਆ ਸੀ ਬਸ ਇੱਕ ਦਰਸ਼ਨ ਕਰਾਉਣ ਦੀ ਖੇਡ ਸੀ ਵੀ ਕਿੰਨਾ ਕੁ ਸਮਾਂ ਹੋਇਆ ਅਜੇ ਉਹਨੂੰ ਜਦੋਂ ਧਰਤੀਆਂ ਵਿਖਾਉਣ ਦੀ ਗੱਲ ਆਉਂਦੀ ਹੈ ਤੇ ਜਦੋਂ ਧਰਤੀਆਂ ਵੇਖਣ ਵੇਖਦਾ ਪਿਆ ਹੈ ਅਜੇ ਤੇ ਬਾਬੇ ਨੂੰ ਕਹਿੰਦਾ ਵੀ ਬਾਬਾ ਹੁਣ ਵਾਪਸ ਚੱਲੀਏ ਪੀ ਕਿਤੇ ਆਪਣਾ ਬਾਪੂ ਡੀਕਦਾ ਹੀ ਨਾ ਹੋਵੇ ਪਤਾ ਨਹੀਂ ਕਿੰਨਾ ਕਤੇ ਰੋ ਗਿਆ ਉਹਨੂੰ ਗਿਆਨ ਨੂੰ ਤੇ ਵਾਪਸ ਬਾਪੂ ਡੀਕਦਾ ਹੋਵੇ ਤੇ ਚੱਲ ਉਹਦੇ ਖੁਲ ਚਲੀਏ ਪੀਰ ਦਸਤਗੀਰ ਦੇ ਕੋਲ ਚਲੀਏ ਵਾਪਸ ਤੇ ਮਰਦ ਕਹਿੰਦੇ ਵੀ ਤੂੰ ਤੇ ਵੇਖ ਲਿਆ ਇਹ ਉਹਨਾਂ ਦੋਹਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਸਿਰਫ ਅਰਥ ਸਮਝਣ ਦੀ ਖਾਤਰ ਅਸੀਂ ਗੱਲ ਕਰਦੇ ਪਏ ਹਾਂ ਮਰਦ ਕਹਿੰਦੇ ਵੀ ਤੇਰੇ ਬਾਪ ਨੇ ਕਿਦਾਂ ਯਕੀਨ ਕਰ ਲੈਣਾ ਇਸ ਗੱਲ ਦਾ ਤੇਰੇ ਤੋਂ ਤੇਰਾ ਬਾਪ ਕਿਦਾਂ ਯਕੀਨ ਕਰ ਲਵੇਗਾ ਉਹ ਯਕੀਨ ਨਹੀਂ ਕਰੇਗਾ ਉਹ ਕਹਿੰਦੇ ਪਈ ਜੇ ਇਦਾਂ ਹੀ ਸੁਰਤ ਉਹਦੀ ਘੋਮਦੀ ਪਈ ਸੀ ਤੇ ਇੱਕ ਥਾਂ ਤੇ ਨਾ ਕੀਰਤਨ ਹੋ ਰਿਹਾ ਸੀ ਬੜੇ ਧਿਆਨ ਦੇ ਨਾਲ ਸਮਝਿਓ ਇਹਨੂੰ ਜੇ ਮੈਂ ਸਮਝਾ ਸਕਿਆ ਆਪ ਜੀ ਨੂੰ ਤੇ ਇੱਕ ਥਾਂ ਤੇ ਕੀਰਤਨ ਹੋ ਰਿਹਾ ਸੀ ਤੇ ਉੱਥੇ ਉਹ ਜਾ ਕੇ ਤੇ ਬੈਠ ਜਾਂਦੇ ਨੇ ਮਤਲਬ ਉਹਨੂੰ ਇੰਜ ਲੱਗਾ ਵੀ ਮੈਂ ਉਸ ਕੀਰਤਨ ਦੇ ਵਿੱਚ ਜਾ ਕੇ ਬੈਠ ਗਿਆ ਤੇ ਮਹਾਰਾਜ ਜੀ ਕਹਿੰਦੇ ਵੀ ਤੇਰੇ ਪਿਤਾ ਨੇ ਯਕੀਨ ਨਹੀਂ ਕਰਨਾ ਤਾਂ ਤੂੰ ਇੰਜ ਕਰ ਵੀ ਕੋਈ ਯਕੀਨ ਵਾਲੀ ਚੀਜ਼ ਲੈ ਲੈ ਤੇ ਉੱਥੇ ਕਹਿੰਦੇ ਵੀ ਸੰਗਤ ਦੇ ਵਿੱਚ ਨਾ ਪ੍ਰਸ਼ਾਦ ਵਰਤਦਾ ਪਿਆ ਸੀ ਇੱਥੇ ਪੰਕਤੀ ਆਵੇਗੀ ਉਹ ਪ੍ਰਸ਼ਾਦ ਵਰਤਦਾ ਪਿਆ ਸੀ ਤੋਂ ਇਹਨੇ ਪ੍ਰਸ਼ਾਦ ਲੈ ਲਿਆ ਪੀ ਠੀਕ ਆ ਪ੍ਰਸ਼ਾਦ ਮੈਂ ਜਾ ਕੇ ਤੇ ਆਪਣੇ ਅਪੀਰ ਦਸਤਗੀਰ ਨੂੰ ਦਵਾਂਗਾ ਪਿਤਾ ਨੂੰ ਦਵਾਂਗਾ ਤੇ ਯਕੀਨ ਕਰ ਲਵੇਗਾ ਵੀ ਹਾਂ ਮੈਂ ਬਾਕੀਆ ਧਰਤੀਆਂ ਘੁੰਮ ਕੇ ਆਇਆ ਤੋ ਕਹਿੰਦੇ ਵੀ ਜਦੋਂ ਨੇ ਪ੍ਰਸ਼ਾਦ ਲੈ ਲਿਆ ਨਾ ਤੇ ਖੇਡ ਖਤਮ ਹੋ ਗਈ ਵੀ ਵਾਪਸ ਉਸੇ ਹੀ ਥਾਂ ਦੇ ਉੱਤੇ ਆਉਣਾ ਸੀ ਸੁਰਤ ਸਾਡੀ ਇੱਥੋਂ ਦੌੜ ਦੌੜੇਗੀ ਨਾ ਵਾਪਸ ਕਿੱਥੇ ਆਵੇਗੀ ਇੱਥੇ ਹੀ ਆਵੇਗੀ ਮੰਨ ਲਓ ਇੱਥੇ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਦੌੜ ਗਈ ਹੈ ਤੇ ਵਾਪਸ ਤੇ ਫਿਰ ਇੱਥੇ ਆਉਣੀ ਹੈ ਜਦੋਂ ਹੁੰਦਾ ਸੈਕਿੰਡ ਦੇ ਲਈ ਆ ਬਸ ਪਰ ਸਾਨੂੰ ਸਮਝ ਆਉਣੀ ਚਾਹੀਦੀ ਨਾ ਸਾਡੀ ਸੁਰਤ ਕਿੱਥੇ ਖੇਡਦੀ ਹੈ ਵਾਪਸ ਇੱਥੇ ਹੀ ਆਵੇਗੀ ਸਾਡੇ ਕੋਲ ਹੀ ਆਵੇਗੀ ਬਸ ਟਿਕਦੀ ਨਹੀਂ ਹੈ ਵਾਪਸ ਸਾਹਮਣੇ ਆ ਗਿਆ ਤੇ ਕਹਿੰਦੇ ਵੀ ਪੀਰ ਦਸਤਗੀਰ ਨੇ ਉਹ ਜਦੋਂ ਉਹ ਬੱਚੇ ਨੇ ਅੱਖਾਂ ਖੋਲੀਆਂ ਨਾ ਤੇ ਅੱਖਾਂ ਖੋਲੀਆਂ ਤੇ ਫੇਰ ਆਪਣੇ ਪਿਤਾ ਦੇ ਸਾਹਮਣੇ ਬੈਠਾ ਹੋਇਆ ਅੱਖਾਂ ਖੁੱਲ ਗਈਆਂ ਤੇ ਪਿਤਾ ਦੇ ਸਾਹਮਣੇ ਬੈਠਾ ਤੇ ਉਹ ਸੋਚਦਾ ਵੀ ਮੈਂ ਤੇ ਪਤਾ ਨਹੀਂ ਕਿੰਨੇ ਕੁ ਪੈਂਡੇ ਕਰ ਆਇਆ ਹੈ ਸੁਰਤ ਦੀ ਖੇਡ ਸੀ ਵੀ ਮੈਂ ਪਤਾ ਨਹੀਂ ਕਿੰਨੇ ਕੁ ਪੈਂਡੇ ਕਰ ਆਇਆ ਤੇ ਉਸ ਵੇਲੇ ਇੱਕ ਗੱਲ ਵਾਪਰਦੀ ਹੈ ਪੀਰ ਦਸਤਗੀਰ ਪੁੱਛਦਾ ਆਪਣੇ ਬੱਚੇ ਨੂੰ ਵੀ ਕੀ ਵੇਖਿਆ ਤੂੰ ਕਹਿੰਦਾ ਵੀ ਮੈਂ ਜੋ ਇਹ ਬਾਬਾ ਕਹਿੰਦਾ ਤਾਂ ਇਹ ਠੀਕ ਕਹਿ ਰਿਹਾ ਹੈ ਮੈਂ ਇਹਨਾਂ ਚੀਜ਼ਾਂ ਦੇ ਦਰਸ਼ਨ ਕਰ ਲਏ ਨੇ ਤੇ ਕਮਾਲ ਦੀ ਗੱਲ ਵੇਖੋ ਤੇ ਪੀਰ ਕਹਿੰਦਾ ਵੀ ਮੈਨੂੰ ਕਿੱਦਾਂ ਯਕੀਨ ਆਵੇ ਤੂੰ ਆਪਣੇ ਪਿਤਾ ਨੂੰ ਕਹਿੰਦਾ ਵੀ ਆਹ ਵੇਖ ਮੈਂ ਨਾ ਪ੍ਰਸ਼ਾਦ ਲੈ ਕੇ ਆਇਆ ਪ੍ਰਸ਼ਾਦ ਕਿਤੇ ਉਹ ਨਹੀਂ ਸੀ ਲੈ ਕੇ ਆਇਆ ਕਿਤੇ ਰਹੀ ਸੀ ਅਸਲ ਦੇ ਵਿੱਚ ਜਿਹੜੀ ਉਹਨੇ ਸੰਗਤ ਵੇਖੀ ਸੀ ਨਾ ਉਹ ਜਿਹੜੀ ਸੰਗਤ ਦੇ ਵਿੱਚ ਬੈਠਾ ਸੀ ਨਾ ਉਹ ਉਸੇ ਸੰਗਤ ਨੂੰ ਉਹਨੇ ਵੇਖਿਆ ਸੀ ਕਾਰਨ ਕੀ ਸੀ ਜਦੋਂ ਅਸੀਂ ਇੱਕਦਮ ਇੰਨਾ ਕੁਝ ਪੜ ਲੈਨੇ ਆ ਇੰਨਾ ਕੁਝ ਯਾਦ ਕਰ ਲੈਨੇ ਆ ਇੰਨਾ ਕੁਝ ਸੋਚ ਲੈਨੇ ਜਿੱਥੇ ਅਸੀਂ ਬੈਠੇ ਹੋਨੇ ਸਾਨੂੰ ਉਹਦਾ ਵੀ ਚੇਤਾ ਭੁੱਲ ਜਾਂਦਾ ਇੰਨਾ ਕੁਝ ਕੀਤਾ ਉਹਨੂੰ ਚੇਤਾ ਹੀ ਨਹੀਂ ਕਿ ਮੈਂ ਇੱਥੋਂ ਉੱਠ ਕੇ ਗਿਆ ਹਾਂ ਬਸ ਉੱਥੇ ਬੈਠਾ ਹੋਇਆ ਸੀ ਅਜੇ ਜਦੋਂ ਉਹਨੇ ਵੇਖਿਆ ਤੂੰ ਕਹਿੰਦਾ ਵੀ ਮੈਂ ਪ੍ਰਸ਼ਾਦ ਲੈ ਕੇ ਆਇਆ ਹਾਂ ਸੰਗਤ ਦੇ ਵਿੱਚੋਂ ਉਹਦੇ ਪਿਤਾ ਨੇ ਜਦੋਂ ਵਾਕਿਆ ਕਹਿੰਦੇ ਵੀ ਕਚਕੌਲ ਵੇਖਿਆ ਉਹ ਜਿਹਦੇ ਵਿੱਚ ਕੌਲ ਸੀ ਜਿਹਦੇ ਵਿੱਚ ਪ੍ਰਸ਼ਾਦ ਪਿਆ ਸੀ ਉਹਦੇ ਉੱਤੇ ਵੀ ਵਾਕਿਆ ਹੀ ਪ੍ਰਸ਼ਾਦ ਪਿਆ ਹੋਇਆ ਸੀ ਇਹ ਭਾਈ ਵੀਰ ਸਿੰਘ ਉਹਨਾਂ ਦਾ ਹਵਾਲਾ ਹੈ ਤੋ ਕਹਿੰਦੇ ਵੀ ਪੀਰ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤੀ ਵੀ ਜਿੰਨਾ ਚਿਰ ਬੱਚਾ ਜਿਹੜਾ ਹੈ ਉਹ ਇਹ ਖੇਡ ਵਾਪਰਦੀ ਪਈ ਸੀ ਬਹੁਤੀ ਲੰਮੀ ਖੇਡ ਨਹੀਂ ਸੀ ਇਹ ਖੇਡ ਵਾਪਰਦੀ ਪਈ ਸੀ ਤੇ ਕੋਈ ਆਇਆ ਵੀ ਨਹੀਂ ਕਿਸੇ ਨੇ ਪ੍ਰਸ਼ਾਦ ਇੱਥੇ ਆ ਕੇ ਰੱਖਿਆ ਵੀ ਨਹੀਂ ਹੈ ਫਿਰ ਵੀ ਇੱਥੇ ਪ੍ਰਸ਼ਾਦ ਪਿਆ ਹੋਇਆ ਹੈ ਅਸਲ ਦੇ ਵਿੱਚ ਇਹ ਖੇਡ ਸੀ ਇੱਕ ਸਿਰਫ ਸਮਝਾਉਣ ਦੀ ਖਾਤਰ ਵੀ ਜਿਸ ਗੱਲ ਨੂੰ ਦਸਤਗੀਰ ਪੀਰ ਕਹਿੰਦਾ ਹੈ ਨਾ ਵੀ ਭਾਈ ਅਸੀਂ ਸਤ ਕਹਿੰਦੇ ਆ ਤੇ ਸਾਤੀ ਨੇ ਮਰਜ ਕਹਿੰਦੇ ਨੇ ਭਾਈ ਸੁਰਤ ਦਾ ਪੈਂਡਾ ਵੱਡਾ ਕਰਕੇ ਵੇਖੋ ਗੁਰੂ ਦਾ ਸ਼ਬਦ ਹਰ ਥਾਂ ਦੇ ਉੱਤੇ ਹੈ ਤੇ ਪਤਾਲਾਂ ਆਕਾਸ਼ਾਂ ਦੀ ਤੇ ਗਿਣਤੀ ਹੀ ਨਹੀਂ ਪਤਾ ਨਹੀਂ ਕਿੰਨੇ ਕਨੋ ਕਿੰਨੇ ਕਨੇ ਇਹਦੇ ਬਾਰੇ ਕਰੋੜਾਂ ਦੀ ਗਿਣਤੀ ਦੇ ਵਿੱਚ ਅਸੰਖਾਂ ਦੀ ਗਿਣਤੀ ਦੇ ਵਿੱਚ ਇੱਥੇ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਫੇਰ ਦੁਰਾਇਣ ਦਸਤਗੀਰ ਅਸਾਂ ਵੀ ਵੇਖਾਂ ਜੋ ਤੁਹੇ ਪਾਈ ਦਸਤਗੀਰ ਨੇ ਸਵਾਲ ਕੀਤਾ ਵੀ ਬਾਬਾ ਜੋ ਤੇਰੇ ਕੋਲ ਤਾਕਤ ਹੈ ਸਾਨੂੰ ਵੀ ਦਿਖਾ ਇਸ ਤਾਕਤ ਦੇ ਬਾਰੇ ਨਾਲ ਲੀਤਾ ਬੇਟਾ ਪੀਰ ਦਾ ਬਾਬੀ ਨੇ ਆਪਣੇ ਨਾਲ ਪੀਰ ਦਾ ਬੇਟਾ ਲਿਆ ਅੱਖੀ ਮੀਟ ਗਿਆ ਹਵਾਈ ਅੱਖਾਂ ਨੂੰ ਮੀਟ ਕੇ ਤੇ ਹਵਾ ਦੇ ਵਿੱਚ ਹੋ ਗਿਆ ਹਵਾ ਦੇ ਵਿੱਚ ਹੋਣ ਦਾ ਮਤਲਬ ਉਹਦੀ ਸੁਰਤ ਨੂੰ ਉਸ ਪਾਸੇ ਬਾਬਾ ਲੈ ਗਿਆ ਲੱਖ ਪਤਾਲ ਅਕ ਲੱਖ ਆਕਾਸ਼ ਪਤਾਲ ਲੱਖ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਅੱਖ ਫਰੰਕ ਵਿੱਚ ਕਰ ਦਿਖਲਾਈ ਇੱਥੇ ਸਾਡੀ ਗੱਲ ਕਲੀਅਰ ਹੋ ਜਾਂਦੀ ਹੈ ਅੱਖ ਫਰੰਕ ਦਾ ਮਤਲਬ ਕਿੰਨਾ ਹੋ ਗਿਆ ਜਿੰਨੇ ਸਮੇਂ ਦੇ ਵਿੱਚ ਆਈ ਸਾਡੀ ਬਲਿੰਕ ਕਰਦੀ ਹੈ ਬਸ ਤੁਸੀਂ ਸੋਚੋ ਵੀ ਬਾਬੇ ਦੀ ਕਿੰਨੀ ਤਾਕਤ ਹੋਵੇਗੀ ਜਿਹੜਾ ਅੱਖਾਂ ਚਮਕਣ ਦੇ ਸਮੇਂ ਦੇ ਵਿੱਚ ਦੁਨੀਆ ਦੀਆਂ ਸੋਝੀਆਂ ਸਾਡੀ ਝੋਲੀ ਦੇ ਵਿੱਚ ਪਾ ਦਿੰਦਾ ਹੈ ਅੱਖ ਫੁਰੰਕ ਵਿੱਚ ਕਰ ਦਿਖਲਾਈ ਅੱਖ ਚਮਕਣ ਦੇ ਸਮੇਂ ਦੇ ਵਿੱਚ ਬਾਬੇ ਨੇ ਪੀਰ ਦੇ ਬੇਟੇ ਨੂੰ ਸਾਰੀ ਸਮਝ ਦੇ ਦਿੱਤੀ ਹੈ ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ ਮਤਲਬ ਬਾਬੇ ਨੂੰ ਯਾਦਗਰ ਰੂਪ ਦੇ ਵਿੱਚ ਬੱਚੇ ਨੂੰ ਇਹ ਵੀ ਯਕੀਨ ਕਰਵਾ ਦਿੱਤਾ ਹੈ ਕਿ ਤੂੰ ਪ੍ਰਸ਼ਾਦ ਲਿਆ ਹੈ ਔਰ ਉਹ ਪ੍ਰਸ਼ਾਦ ਪੀਰ ਦੀ ਸੰਗਤ ਦੇ ਵਿੱਚ ਉਹਦੇ ਸਾਹਮਣੇ ਪਿਆ ਹੋਇਆ ਹੈ ਜ਼ਾਹਰ ਕਲਾ ਨਾ ਛਪੇ ਛਪਾਈ ਜ਼ਾਹਰ ਕਲਾ ਦਾ ਮਤਲਬ ਹੁੰਦਾ ਜਿਹੜੀ ਪਰਥਕ ਹੈ ਕਈਆਂ ਨੂੰ ਤੇ ਕਰਨੀ ਪੈਂਦੀ ਆ ਨਾ ਭਈ ਕਰਾਮਾਤ ਵਿਖਾਉਣੀ ਪੈਂਦੀ ਆ ਭਈ ਦੂਜੇ ਨੂੰ ਚਕਾ ਲਈਏ ਇਹ ਚੀਜ਼ਾਂ ਤੇ ਬਾਬੇ ਦੇ ਨਾਲ ਨਾਲ ਤੁਰਦੀਆਂ ਫਿਰਦੀਆਂ ਇਹਨੇ ਰਿੱਧ ਸਿੱਧ ਨਾਵੇ ਕੀ ਦਾਸੀ ਇਹ ਤੇ ਬਾਬੇ ਦੀਆਂ ਸੇਵਕੋ ਕੇ ਤੁਰੀਆਂ ਫਿਰਦੀਆਂ ਨੇ ਜ਼ਾਹਰ ਕਲਾ ਨਾ ਛਪੇ ਛਪਾਈ ਦਾ ਭਾਵ ਕਿ ਬਾਬੇ ਦੀ ਜਿਹੜੀ ਤਾਕਤ ਹੈ ਅਜ਼ਮਤ ਹੈ ਉਹ ਛਪਾਇਆ ਵੀ ਨਹੀਂ ਛੁਪਦੀ ਗੁਰੂ ਬਖਸ਼ਿਸ਼ ਦੇ ਸਦਕਾ ਇਹ ਦੋਈ ਪੌੜੀਆਂ ਆਪਾਂ ਵਿਚਾਰੀਆਂ ਨੇ ਮੈਂ ਫੇਰ ਕਹਿ ਦੇਵਾਂ ਇੱਕ ਬਾਬਾ ਉਹ ਹੈ ਜਿਹੜਾ ਅਸੀਂ ਕਿਤਾਬਾਂ ਦੇ ਵਿੱਚੋਂ ਪੜ੍ਹਦੇ ਹਾਂ ਇੱਕ ਬਾਬਾ ਉਹ ਹੈ ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਵੇਖਿਆ ਹੈ ਇੱਕ ਬਾਬਾ ਉਹ ਹੈ ਜਿਹੜਾ ਤੁਹਾਡੇ ਆਪਣਾ ਆਪ ਦਾ ਬਾਬਾ ਹੈ ਜਿਹੜਾ ਤੁਹਾਡਾ ਨਿੱਜੀ ਹੈ ਉਹ ਕਿਸੇ ਦੇ ਨਾਲ ਸਬੰਧ ਨਹੀਂ ਰੱਖਦਾ ਜਿਹਨੂੰ ਬਾਬਾ ਕਬੀਰ ਕਹਿੰਦੇ ਸਬਰਸ ਖੇਲੋਂ ਪੀਸੋ ਕਿਸੇ ਲਖਾਮੋਂ ਨਹੀਂ ਬਸ ਇੰਨੀ ਕੁ ਖੇਡ ਹੈ ਇਹ ਵਿਆਖਿਆ ਮੈਂ ਆਪਦੀ ਅੱਗੇ ਭਾਈ ਵੀਰ ਸਿੰਘ ਦੀ ਰੱਖੀ ਹੈ। ਉਹਨਾਂ ਨੇ ਇਸ ਪੌੜੀ ਦੀ ਵਿਆਖਿਆ ਇਸ ਤਰੀਕੇ ਦੇ ਨਾਲ ਕੀਤੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਉਹਦੀ ਅਜ਼ਮਤ ਬੜੇ ਕਮਾਲ ਦੀ ਹੈ। ਅੱਗੇ ਵੀ ਅਸੀਂ ਇਹਨੂੰ ਇਦਾਂ ਹੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਧ ਪਾਉ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।